ਦੀਪਕ ਜੀ, ਹੁਣ ਪੰਜਾਬ ਦੇ ਵਿੱਚ ਟਿਕਟਾਂ ਦੀ ਵੰਡ ਨੂੰ ਲੈ ਕੇ ਜਿਹੜੀਆਂ ਖਬਰਾਂ ਨੇ ਪਿਛਲੇ ਦਿਨਾਂ ਤੋਂ ਕਾਫੀ ਜ਼ਿਆਦਾ ਇੱਕ ਤੋਂ ਬਾਅਦ ਇੱਕ ਆ ਰਹੀਆਂ ਨੇ। ਕੱਲ੍ਹ ਤੁਸੀਂ ਗੱਲ ਸਾਂਝੀ ਕੀਤੀ ਸੀ ਵੀ ਅਜੇ ਵੀ ਕੁਝ ਸੀਟਾਂ ਦੇ ਉੱਪਰ ਕੁਝ ਪਾਰਟੀਆਂ ਵੱਲੋਂ ਜਿਹੜੇ ਕੈਂਡੀਡੇਟਸ ਦੇ ਨਾਮ ਨੇ ਐਲਾਨੇ ਜਾਣੇ ਬਾਕੀ ਨੇ। ਸੋ ਅੱਜ ਖਬਰਾਂ ਦੀ ਉਸ ਲੜੀ ਦੇ ਵਿੱਚ ਜੁੜਦਾ ਹੈ ਕਿ ਆਮ ਆਦਮੀ ਪਾਰਟੀ ਨੇ 4 ਅਤੇ ਭਾਜਪਾ ਨੇ 3 ਹੋਰ ਉਮੀਦਵਾਰ ਐਲਾਨ ਦਿੱਤੇ ਨੇ। ਕਿਹਦੀ ਕਿਹਦੀ ਕਿਸਮਤ ਜਾਗੀ ਹੈ ਜੀ, ਐਟਲੀਸਟ ਹਾਲ ਦੀ ਘੜੀ ਟਿਕਟ 'ਤੇ ਮਿਲ ਗਈ ਆ? ਬਿਲਕੁਲ ਜੀ, ਤੁਸੀਂ ਦਰੁਸਤ ਫਰਮਾਇਆ ਕਿ ਆਮ ਆਦਮੀ ਪਾਰਟੀ ਨੇ ਅੱਜ 4 ਉਮੀਦਵਾਰਾਂ ਦਾ ਐਲਾਨ ਕਰਤਾ ਔਰ ਭਾਰਤੀ ਜਨਤਾ ਪਾਰਟੀ ਨੇ 3 ਦਾ। ਜੀ ਸੋ ਇੱਕ ਦਿਨ ਪਹਿਲਾਂ ਹੀ ਮੁੱਖ ਮੰਤਰੀ ਭਗਵੰਤ ਮਾਨ ਹੋਰੀ ਅਰਵਿੰਦ ਕੇਜਰੀਵਾਲ ਨੂੰ ਮਿਲ ਕੇ ਆਏ ਨੇ। ਸੋ ਉਹ ਕਹਿ ਰਹੇ ਸੀਗੇ ਪ੍ਰਸ਼ਾਸਨ ਵਾਲੇ, ਜੇਲ੍ਹ ਪ੍ਰਸ਼ਾਸਨ ਵਾਲੇ, ਕਿ ਜੀ ਅੰਦਰ ਸਿਰਫ ਕਾਨੂੰਨੀ ਦਸਤਾਵੇਜ਼ਾਂ ਤੋਂ ਇਲਾਵਾ ਕੇਜਰੀਵਾਲ ਕਿਸੇ ਦਸਤਖਤ ਸਾਈਨ ਨਹੀਂ ਕਰ ਸਕਦੇ ਕਿਸੇ ਕਾਗਜ਼ 'ਤੇ ਜਾਂ ਕੋਈ ਇੱਦਾਂ ਆਦਾਨ ਪ੍ਰਦਾਨ ਨਹੀਂ ਹੁੰਦਾ। ਅਤੇ ਵੈਸੇ ਮੁੱਖ ਮੰਤਰੀ ਸਾਹਿਬ ਨੇ ਖੁਦ ਵੀ ਦੱਸਿਆ ਕਿ ਸਾਡੇ ਵਿਚਾਲੇ ਸ਼ੀਸ਼ਾ ਸੀ, ਫੋਨ 'ਤੇ ਸਾਡੀ ਗੱਲਬਾਤ ਕਰਾਈ ਆ ਜੀ। ਸੋ ਇਸ ਲਈ ਫਿਰ ਮੂੰਹ ਜਵਾਨੀਓ ਲਿਸਟ ਹੋ ਕੇ ਕਰਾ ਕੇ ਲਿਆਏ, ਉਹਨੇ ਜੋ ਲਿਸਟ ਅੱਜ ਜਾਰੀ ਕਰਤੀ। ਸੋ 4 ਉਮੀਦਵਾਰੀ ਰਹਿੰਦੇ ਸੀਗੇ ਆਮ ਆਦਮੀ ਪਾਰਟੀ ਦੇ, ਉਹਨੇ 4 ਐਲਾਨ ਜੀ, 4 ਦੇ ਵਿੱਚੋਂ 3 ਜੇਕਰ ਮੈਂ ਗੱਲ ਕਰਾਂ ਤਾਂ ਲੁਧਿਆਣਾ ਤੋਂ ਅਸ਼ੋਕ ਪਰਾਸ਼ਰ ਪੱਪੀ ਹੋਰੀ ਜਿਹੜੇ MLA ਨੇ ਇਹਨਾਂ ਦੇ, ਇਸੇ ਤਰ੍ਹਾਂ ਫਿਰੋਜ਼ਪੁਰ ਤੋਂ ਜਗਦੀਪ ਸਿੰਘ ਕਾਕਾ ਬਰਾੜ ਅਤੇ ਗੁਰਦਾਸਪੁਰ ਤੋਂ ਅਮਨ ਸ਼ੇਰ ਸਿੰਘ ਸ਼ੈਰੀ ਕਸ ਜੀ। ਸੋ ਇਹ MLA ਨੂੰ ਟਿਕਟਾਂ ਦਿੱਤੀਆਂ ਨੇ। ਅਤੇ ਪਰ ਚੌਥਾ ਨਾਂ ਜਿਹੜਾ ਆਪਾਂ ਸਭ ਤੋਂ ਪਹਿਲਾਂ ਕਹਿ ਰਹੇ ਸੀਗੇ ਗਈ ਪੱਕੇ ਕੋਕੇ ਜੜਕੇ ਨੇ, ਜੀ ਸੋ ਉਹ ਪਵਨ ਟਿੰਨੂਰਾ ਨੂੰ ਟਿਕਟ ਮਿਲ ਗਈ ਹੈ ਜੀ। ਸੋ ਪਵਨ ਟਿੰਨੂਰੀ ਜਲੰਧਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਆਉਣਗੇ। ਸੋ ਇਹ ਜਲੰਧਰ ਇੱਕੋ ਇੱਕ ਅਜਿਹੀ ਸੀਟ ਹੈ ਜਿੱਥੋਂ ਆਮ ਆਦਮੀ ਪਾਰਟੀ ਨੇ 2 ਉਮੀਦਵਾਰਾਂ ਦਾ ਐਲਾਨ ਕੀਤਾ ਇੱਕੋ ਚੋਣ ਦੇ ਲਈ। ਜੀ, ਸੋ ਇਸ ਲਈ ਇੱਕ ਉਹਨਾਂ ਦਾ ਸਣੇ ਟਿਕਟ ਦੂਸਰੇ ਪਾਸੇ ਚਲਾ ਗਿਆ ਸੀ, ਸੋ ਹੁਣ ਪਵਨ ਟਿੰਨੂ ਉੱਥੋਂ ਉਮੀਦਵਾਰ ਜੀ। ਸੋ ਆਮ ਆਦਮੀ ਪਾਰਟੀ ਨੇ 4 ਐਲਾਨ ਕਰਕੇ ਵਿਜੇ ਜੀ ਅੱਜ ਆਪਣੇ ਵੱਲੋਂ ਵਿਹਲੇ ਹੋ ਗਏ, ਸੁਰਖਰੂ ਹੋ ਗਈ ਆਮ ਆਦਮੀ ਪਾਰਟੀ, ਬਸ਼ਰਤੇ ਹੁਣ ਇਹਨਾਂ 'ਚੋਂ ਕੋਈ ਭੱਜੇ ਨਾ ਬਸ। ਸੋ ਇਸ ਲਈ ਉਹਨਾਂ ਨੇ ਤਾਂ 13 ਦੇ 13 ਐਲਾਨ ਤੇ ਉਹ ਤਾਂ ਵਿਹਲੇ ਨੇ ਜੀ। ਤੇ ਮੁੱਖ ਮੰਤਰੀ ਸਾਹਿਬ ਕਹਿੰਦੇ ਕਿ ਮੈਂ ਕੇਜਰੀਵਾਲ ਨੂੰ ਦੱਸਿਆ ਕਿ ਮੇਰਾ ਚੋਣ ਪ੍ਰੋਗਰਾਮ ਹੈ ਜੀ, ਮੈਂ ਹੁਣ ਆਸਾਮ 'ਚ ਪ੍ਰਚਾਰ ਕਰਕੇ ਆਇਆ ਜੀ, ਹੁਣ ਗੁਰਦਾਸਪੁਰ 'ਚ ਆਪਣਾ ਉੱਥੇ ਚੱਲਿਆ ਜੀ, ਗੁਜਰਾਤ ਚੱਲਿਆ, ਸੋ ਅੱਜ ਗੁਜਰਾਤ 'ਚ ਰੋਡ ਸ਼ੋਅ ਵੀ ਕੀਤਾ ਉਹਨਾਂ ਨੇ। ਸੋ ਉਹ ਤੋਂ ਬਾਅਦ ਕਹਿੰਦੇ ਮੈਂ ਦਿੱਲੀ ਲਾਉਣੇ ਆ 2-3 ਦਿਨ, ਫਿਰ ਮੈਂ ਪੰਜਾਬ ਆ ਜਾਣਾ। 19 ਅਪ੍ਰੈਲ ਤੋਂ ਮੁੱਖ ਮੰਤਰੀ ਭਗਵੰਤ ਮਾਨ ਹੋਰੀ ਪੰਜਾਬ ਦੇ 13 ਦੇ 13 ਲੋਕ ਸਭਾ ਹਲਕਿਆਂ ਦੇ ਵਿੱਚ ਰੋਡ ਸ਼ੋਅ ਕਰਨਗੇ ਜੀ, ਔਰ ਹਰ ਹਲਕੇ ਦੇ ਵਿੱਚ 3-3 ਦਿਨ ਲਗਭਗ ਬਿਤਾਉਣੇ ਆ ਉਹਨਾਂ ਨੇ, ਸਮਾਂ ਕਾਫੀ ਆ ਉਹਨਾਂ ਕੋਲ ਜੀ। ਇਸ ਲਈ ਆਮ ਆਦਮੀ ਪਾਰਟੀ ਉਹ ਪੂਰੀ ਤਰ੍ਹਾਂ ਚੋਣ ਮੋਡ 'ਚ ਆ ਗਈ, ਟਿਕਟਾਂ ਐਲਾਨ ਕੇ ਵਿਹਲੀ ਹੈ। ਅਤੇ ਇਸੇ ਸੂਚੀ ਦੇ ਵਿੱਚ ਵਾਧਾ ਕਰਦਿਆਂ ਭਾਰਤੀ ਜਨਤਾ ਪਾਰਟੀ 2 ਨੰਬਰ 'ਤੇ ਆ ਗਈ ਆ ਪੰਜਾਬ 'ਚ, 9 ਟਿਕਟਾਂ ਐਲਾਨ ਦਿੱਤੀਆਂ ਨੇ ਜੀ, 6 ਪਹਿਲਾਂ ਐਲਾਨੀਆਂ ਸੀ, 3 ਅੱਜ ਐਲਾਨ ਤੀਆਂ। ਸੋ 3 ਦੇ ਵਿੱਚ ਬਕਾਇਦਾ ਤੌਰ 'ਤੇ ਜੇਕਰ ਆਪਾਂ ਗੱਲ ਕਰੀਏ ਤਾਂ ਜਿਹਦੇ ਪਹਿਲਾਂ ਹੀ ਪਤਾ ਸੀਗਾ ਕਿ ਮਲੂਕਾ ਉਹਨਾਂ ਦੀ ਨੂੰਹ ਬਠਿੰਡੇ ਤੋਂ ਉਮੀਦਵਾਰ ਹੋਏਗੀ, ਪਰ ਜਿਹਦੇ ਸਾਹਮਣੇ ਤਾਰਨਾ ਚਾਹੁੰਦੀ ਸੀ ਭਾਜਪਾ ਅਜੇ ਉਹਦਾ ਐਲਾਨ ਨਹੀਂ ਹੋਇਆ, ਬੀਪੀ ਵਾਲਾ ਅਜੇ ਸਪਸ਼ਟ ਨਹੀਂ ਹੈਗਾ। ਅਤੇ ਕਹਿੰਦੇ ਕਿ ਉਹਨੂੰ ਤਾਂ ਕਹਿ ਵੀ ਦਿੱਤਾ ਕਿ ਮੀਡੀਆ ਨੇ ਸਵਾਲ ਪੁੱਛਿਆ ਸੀਗਾ ਕਿ ਬੀਬੀ ਜੀ ਤੁਹਾਨੂੰ ਟਿਕਟ ਹੈ ਨਹੀਂ ਪਹਿਲੀ ਸੂਚੀ, ਉਹ ਕਹਿੰਦੀ ਕੋਈ ਨਾ ਟਿਕਟ ਮਿਲੇ ਨਾ ਮਿਲੇ ਮੈਂ ਬਠਿੰਡਾ ਨਹੀਂ ਛੱਡ। ਸੋ ਹੁਣ ਇਹ ਆਪਣੇ ਆਪ ਸਵਾਲ ਹੈ ਕਿ ਉੱਥੋਂ ਬਠਿੰਡਾ ਤੋਂ ਹੀ ਚੋਣ ਲੜਨੀ ਹੈ ਜਾਂ ਉਹਨਾਂ ਦਾ ਟਿਕਟ ਬਦਲੀ ਵੀ ਜਾ ਸਕਦੀ ਹੈ। ਪਰ ਪਰਮਪਾਲ ਕੌਰ ਸਿੱਧੂ ਹੋਰੀ ਜਿਹੜੇ ਕੰਮ ਲਈ ਬੀਜੇਪੀ 'ਚ ਗਏ ਸੀ ਉਹ ਕੰਮ ਹੋ ਗਿਆ ਜੀ, ਉਹਨਾਂ ਨੂੰ ਅੱਜ ਭਾਰਤੀ ਜਨਤਾ ਪਾਰਟੀ ਨੇ ਬਠਿੰਡੇ ਤੋਂ ਟਿਕਟ ਦੇ ਦਿੱਤੀ ਹੈ। ਇਸੇ ਤਰ੍ਹਾਂ ਸੋਮ ਪ੍ਰਕਾਸ਼ ਹੋਰੀ ਕਹਿੰਦੇ ਜੀ ਆਪ ਸਿਹਤ ਨਹੀਂ ਠੀਕ, ਇਸ ਲਈ ਉਹਨਾਂ ਨੂੰ ਟਿਕਟ ਨਹੀਂ ਮਿਲੀ ਅਤੇ ਉਹਨਾਂ ਦੀ ਧਰਮ ਪਤਨੀ ਨੂੰ ਮਿਲ ਗਈ। ਉੱਥੇ ਸਾਬਕਾ DGP ਸਾਹਿਬ ਕਤਾਰ 'ਚ ਖੜੇ ਸੀਗੇ, ਉਹਨਾਂ ਦਾ ਨਾਂ ਕੱਟਿਆ ਗਿਆ ਜੀ, ਸੋ ਉਹਨਾਂ ਦੀ ਪੱਕੀ ਨਹੀਂ ਹੋਈ। ਵਿਜੇ ਸਾਂਪਲਾ ਜਿਹੜੇ ਪਹਿਲਾਂ ਇੱਥੋਂ MP ਰਹੇ ਨੇ ਭਾਜਪਾ ਦੇ ਅਤੇ ਫਿਰ ਉਹ ਮੰਤਰੀ ਵੀ ਰਹੇ ਨੇ, ਹੁਣ ਵੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਨੇ, ਉਹ ਦਾਅਵੇਦਾਰ ਸੀ ਦੁਬਾਰਾ ਜੀ, ਉਹ ਕਹਿੰਦੇ ਮੇਰੀ ਟਿਕਟ ਕੱਟ ਕੇ ਸੋਮ ਪ੍ਰਕਾਸ਼ ਨੂੰ ਦਿੱਤੀ ਸੀ ਅਤੇ ਹੁਣ ਫਿਰ ਉਹਨਾਂ ਦੇ ਘਰੇ ਦਿੱਤੀ, ਅਤੇ ਅੱਜ ਉਹਨਾਂ ਨੇ ਵੀ ਅਨਿਲ ਬਿੱਜ ਵਾਂਗ ਹਟਾ ਲਿਆ ਸੋਸ਼ਲ ਮੀਡੀਆ ਤੋਂ ਮੋਦੀ ਦਾ ਪਰਿਵਾਰ, ਉਹ ਸਲੋਗਨ ਹਟਾ ਤਾ ਉਹਨੇ ਅਤੇ 2-3 ਸ਼ੇਅਰ ਵੀ ਪਾਸੇ ਨਾਰਾਜ਼ਗੀ ਜੇ ਭਰੇ ਜੀ। ਪਰ ਇੱਥੋਂ ਜੀ ਉਹਨਾਂ ਦੀ ਪਤਨੀ ਸੋਮ ਪ੍ਰਕਾਸ਼ ਦੀ ਟਿਕਟ ਲੈਣ 'ਚ ਕਾਮਯਾਬ ਹੋ ਗਈ ਹੁਸ਼ਿਆਰਪੁਰ ਤੋਂ,
ਅਤੇ ਤੀਸਰੀ ਜੀ ਖੰਡੂਰ ਸਾਹਿਬ ਤੋਂ ਇਹਨਾਂ ਨੇ ਮਨਜੀਤ ਸਿੰਘ ਮੀਆਂ ਪਿੰਡ ਉਹਨੂੰ ਮੀਆਂ ਪਿੰਡ ਨੂੰ ਉਹਨੂੰ ਟਿਕਟ ਦਿੱਤੀ ਆ। ਸੋ ਇਸ ਲਈ ਤਿੰਨ ਟਿਕਟਾਂ ਐਲਾਨ ਕੇ ਇਸ ਸਮੇਂ ਪੰਜਾਬ ਦੇ ਵਿੱਚ ਭਾਜਪਾ ਦੂਏ ਨੰਬਰ 'ਤੇ ਆ, ਕਿਉਂਕਿ 13 ਦੀਆਂ 13 ਆਮ ਆਦਮੀ ਐਲਾਨ ਚੁੱਕੀ ਆ, 9 ਭਾਰਤੀ ਜਨਤਾ ਪਾਰਟੀ ਨੇ ਐਲਾਨ ਦਿੱਤੀਆਂ ਨੇ, ਅਤੇ ਉਹਦੇ ਨਾਲ ਨਾਲ ਕਾਂਗਰਸ ਦੀਆਂ ਅਜੇ 6 ਨੇ, ਪਰ ਉਹਨਾਂ ਤੋਂ ਵੀ ਇੱਕ ਨੰਬਰ ਮੂਹਰੇ ਅਕਾਲੀ ਦਲ ਹੈਗਾ ਜਿਹਨੇ 7 ਐਲਾਨੀਆਂ। ਦੀਪਕ ਜੀ ਦੇਖੋ, ਜਦੋਂ ਟਿਕਟਾਂ ਦਿੱਤੀਆਂ ਜਾਂਦੀਆਂ ਨੇ ਕਈ ਵਾਰ ਤਾਂ ਕੋਈ ਬੜੇ ਨਵੇਂ ਚਿਹਰੇ, ਅਕਸਰ ਇਹ ਦੇਖੋ ਗੱਲ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਵੀ ਸਾਂਝੀ ਕਰਦੇ ਰਹੇ ਹੋ ਕਿ ਪਾਰਟੀ ਦੇ ਵਰਕਰਾਂ ਨੂੰ ਜਦੋਂ ਟਿਕਟ ਮਿਲਦੀ ਆ ਤਾਂ ਪਾਰਟੀ ਦਾ ਜਿਹੜਾ ਲੌਂਗ ਟਰਮ ਕੋਈ ਲੋਇਲ ਵਿਅਕਤੀ ਹੁੰਦਾ ਉਹਨੂੰ ਜਦੋਂ ਟਿਕਟ ਮਿਲਦੀ ਆ ਤਾਂ ਉਹਦਾ ਪ੍ਰਭਾਵ ਵੱਖਰੇ ਕਿਸਮ ਦਾ ਪੈਂਦਾ। ਅੱਛਾ, ਹੁਣ ਆਮ ਆਦਮੀ ਪਾਰਟੀ ਨੇ ਤਾਂ ਐਤਕੀ ਸਟ੍ਰੈਟਜੀ ਇਹ ਅਪਣਾਈ ਕਿ ਕਈ ਜਿਹੜੇ ਸਿਟਿੰਗ MLA ਨੇ, ਕਈ ਜਿਹੜੇ ਸਿਟਿੰਗ ਮਿਨਿਸਟਰ ਨੇ ਸਟੇਟ ਲੈਵਲ 'ਤੇ ਆਮ ਆਦਮੀ ਪਾਰਟੀ ਦੀ ਪੰਜਾਬ ਦੀ ਸਰਕਾਰ ਦੇ ਵਿੱਚ, ਉਹਨਾਂ ਨੂੰ ਟਿਕਟਾਂ ਦੇ ਦਿੱਤੀਆਂ। ਸੋ ਜਿਹੜੇ MLAs ਨੂੰ ਟਿਕਟਾਂ ਦੇਣ ਦੇ ਮਾਮਲੇ ਦੇ ਵਿੱਚ ਆਮ ਆਦਮੀ ਪਾਰਟੀ ਵਾਲੇ ਮੂਹਰੇ ਰਹੇ, ਪਰ ਜਿਹੜੇ ਦਲ ਬਦਲੂਆਂ ਨੂੰ ਟਿਕਟਾਂ ਮਿਲੀਆਂ ਨੇ ਉਹ ਭਾਜਪਾ 'ਚ ਸਭ ਤੋਂ ਵੱਧ ਮਿਲੀਆਂ ਨੇ ਜੀ। ਇਹ ਬਿਲਕੁਲ ਜੀ, ਇਹ ਆਪਾਂ ਜਿਵੇਂ ਹੁਣੇ ਗੱਲ ਕਰ ਸਕੇ ਕਿ ਸਭ ਤੋਂ ਵੱਧ ਟਿਕਟਾਂ ਪੂਰੀਆਂ ਦੀਆਂ ਪੂਰੀਆਂ 13 ਆਮ ਆਦਮੀ ਐਲਾਨਤੀਆਂ ਜੀ, ਭਾਜਪਾ ਨੇ ਤਾਂ ਜੀ 9 ਹੀ ਐਲਾਨੀਆਂ ਨੇ। ਉਹਦੇ ਬਾਵਜੂਦ ਵੀ ਜੇ ਦਲ ਬਦਲੂ ਜਮਹੂਰੇ ਨੇ ਤਾਂ ਕਿੰਨੀ ਸਪੀਡ ਆ ਉਹਨਾਂ ਦੀ ਜੀ। ਤੁਸੀਂ ਪਰ ਮੈਂ ਪਹਿਲਾਂ ਆਮ ਆਦਮੀ ਪਾਰਟੀ ਦੇ ਹਵਾਲੇ ਆਮ ਆਦਮੀ ਪਾਰਟੀ ਇਹ ਕਹਿ ਕੇ ਆਈ ਸੀ ਕਿ ਅਸੀਂ ਸਿਸਟਮ ਬਦਲਣ ਆਏ ਹਾਂ, ਅਸੀਂ ਰਾਜਨੀਤੀ ਦਾ ਮਹਾਂਦਰਾ ਬਦਲਣ ਆਇਆ, ਅਸੀਂ ਤਰੀਕਾ ਬਦਲਣ ਆਇਆ, ਅਸੀਂ ਸਿਆਸਤ ਨੂੰ ਸੁਧਾਰਨ ਆਇਆ, ਅਸੀਂ ਚਿਹਰਿਆਂ ਦੀ ਸਿਆਸਤ ਨਹੀਂ ਕਰਦੇ ਜੀ। ਉਹੀ ਪਾਰਟੀ ਇਸ ਵਾਰ ਚਿਹਰੇ ਲੱਭ ਲੱਭ ਕੇ ਉਮੀਦਵਾਰ ਐਲਾਨ ਰਹੀ ਆ। ਇੱਥੋਂ ਦਾ ਲਾ ਲਓ ਕਿ ਪੰਜਾਬ ਦੇ ਵਿੱਚ 13 ਬੰਦੇ ਨਾਲ ਜਿਸ ਪਾਰਟੀ ਨੂੰ ਲੱਭਣ ਜੀ, ਉਹ ਵੀ ਉਹਨੂੰ ਜਿਹਦੇ ਲੋਕਾਂ ਨੇ ਬਿਨਾਂ ਚਿਹਰਾ ਦੇਖਿਆ 92 ਜਿਤਾਏ ਹੋਣ ਜੀ, ਮਤਲਬ 92 ਚੋਂ ਤੁਹਾਨੂੰ ਸਾਨੂੰ ਜੇਕਰ ਯਾਦ ਸੀ, ਮੈਂ ਆਪਣੀ ਮੀਡੀਆ ਦੇ ਵਾਲੇ ਨਾਲ ਗੱਲ ਕਰ ਰਿਹਾ, 20-25 ਚਿਹਰੇ ਹੋਣਗੇ ਜਿਹੜੇ ਪਛਾਣਦੇ ਹੋਣਗੇ, ਬਾਕੀਆਂ ਨੂੰ ਕੋਈ ਮੀਡੀਆ ਵੀ ਪਛਾਣਦਾ ਨਹੀਂ ਸੀਗਾ, ਅਜੇ ਵੀ ਨਾਮ ਨਹੀਂ ਯਾਦ ਜੀ ਬਿਲਕੁਲ। ਪਰ ਹੁਣ ਤੁਸੀਂ ਹਰ ਥਾਂ ਤੁਸੀਂ ਇੱਥੋਂ ਅੰਦਾਜ਼ਾ ਲਾ ਲਓ ਕਿ ਆਮ ਆਦਮੀ ਪਾਰਟੀ ਨੇ 13 ਦੇ ਵਿੱਚੋਂ 2 ਵਿਅਕਤੀ ਨੇ ਇਹਨਾਂ ਦੇ ਜਿਹੜੇ ਇਸ ਦੌੜ ਚੋਂ ਬਾਹਰ ਨੇ। ਇੱਕ ਵਰਕਰ ਨੂੰ ਟਿਕਟ ਕਹਿ ਸਕਦੇ ਆਪਾਂ ਦਿੱਤੀ ਆ, ਮਾਲਵਿੰਦਰ ਕਾਕੋਰੀ ਜੀ, ਪਾਰਟੀ ਦਾ ਚਿਹਰਾ ਮੋਹਰਾ, ਔਖੇ ਤੋਂ ਔਖੀ ਗੱਲ ਨੂੰ ਵੀ ਵਿਚਾਰੇ ਜਸਟੀਫਾਈ ਕਰਕੇ ਐਂ ਬੁਲਾਰੇ ਬਣ ਕੇ ਪ੍ਰਚਾਰਦੇ ਨੇ, ਸੋ ਮਾਲਵਿੰਦਰ ਕੰਗ ਉਹ ਟਿਕਟ ਲੈ ਕੇ ਠੀਕ ਹੈ ਜੀ, ਬਣਦਾ ਸੀ। ਤੇ ਦੂਸਰੇ ਕਰਮਜੀਤ ਅਨਮੋਲ ਹੋਰੀ ਠੀਕ ਹੈ, ਇੱਕ ਕਲਾਕਾਰ ਵੀ ਨੇ, ਫੇਮਸ ਚਿਹਰਾ ਨੇ ਤੇ ਮਿੱਤਰ ਵੀ ਨੇ ਭਗਵੰਤ ਮਾਨ ਦੇ, ਟਿਕਟ ਮਿਲ ਗਈ। ਆਹ ਦੋਵਾਂ ਨੂੰ ਬਾਹਰ ਕਰ ਲਓ, 13 ਦੇ ਜਿਹੜੇ 2 ਨਾਂ ਬਾਹਰ ਹੋ ਗਏ, ਪਿੱਛੇ ਪਿੱਛੇ 11 ਜੀ, 11 ਚੋਂ 9 MLA ਨੂੰ ਟਿਕਟ ਹੈ ਜਨਾਬ। ਹੁਣ ਮੈਨੂੰ ਅੰਦਾਜ਼ਾ ਲਾ ਲਓ 11 ਚੋਂ 9 MLA, ਤੁਸੀਂ ਕਹੋਗੇ 2 ਕੌਣ ਨੇ ਜੀ, ਤਾਂ 2 ਵੀ ਦੱਸ ਦਿੰਦਾ ਕੌਣ ਨੇ। ਲਓ ਜੀ, ਕੁਲਦੀਪ ਸਿੰਘ ਧਾਲੀਵਾਲ MLA ਵੀ ਨੇ ਤੇ ਮੰਤਰੀ ਵੀ ਨੇ ਜੀ, ਹੈ ਨਾ, ਇਹ ਅੰਮ੍ਰਿਤਸਰ ਤੋਂ ਟਿਕਟ ਹੈ। ਅਨੰਦਪੁਰ ਸਾਹਿਬ ਤੋਂ ਮਾਲਵਿੰਦਰ ਕੰਗ, ਆਪਾਂ ਕਹਿੰਦੇ ਕਿ ਠੀਕ ਹੈ ਕਿ ਇਹਨਾਂ ਨੂੰ ਆਪਾਂ ਉਸ ਲਿਸਟ 'ਚ ਨਹੀਂ ਪਾਉਂਦੇ। ਸੰਗਰੂਰ ਗੁਰਮੀਤ ਸਿੰਘ ਮੀਥੇਰ ਜੀ, ਠੀਕ ਹੈ ਜੀ, ਮੰਤਰੀ ਵੀ ਨੇ MLA ਵੀ ਨੇ। ਹੁਸ਼ਿਆਰਪੁਰ ਡਾਕਟਰ ਰਾਜ ਕੁਮਾਰ ਚੱਬੇਵਾਲ ਕਾਂਗਰਸ ਵੱਲੋਂ MLA ਨੇ, ਮੌਜੂਦਾ ਆ ਰਹੇ ਜੀ, ਬਾਜੀ ਪਰਵਾਹ ਨਹੀਂ ਗਾ, ਪਰ MP ਦੀ ਟਿਕਟ ਮਿਲ ਗਈ। ਖੰਡੂਰ ਸਾਹਿਬ ਲਾਲਜੀਤ ਭੁੱਲਰ ਮੰਤਰੀ ਵੀ ਨੇ ਤੇ MLA ਰਹੇਗੀ ਤਾਂ ਹੀ ਮੰਤਰੀ ਜੀ। ਗੁਰਦਾਸਪੁਰ ਅਮਨ ਸ਼ੇਰ ਸਿੰਘ ਕਲਸੀ ਅੱਜ ਟਿਕਟ ਮਿਲੀ ਹੈ MLA ਨੇ, ਹੈ ਨਾ। ਇਸੇ ਤਰ੍ਹਾਂ ਜਲੰਧਰ ਪਵਨ ਕੁਮਾਰ ਟੀਨੂ ਸਾਬਕਾ MLA, ਸੋ ਪਟਿਆਲਾ ਡਾਕਟਰ ਬਲਬੀਰ ਸਿੰਘ ਮੰਤਰੀ ਨੇ, ਇਹਦਾ ਮਤਲਬ MLA ਹੈ ਜੀ। ਸ਼੍ਰੀ ਫਤਿਹਗੜ੍ਹ ਸਾਹਿਬ ਗੁਰਪ੍ਰੀਤ ਸਿੰਘ GP, ਸੋ ਆਹ 2 ਨਾਂ ਨੇ ਜੀ, ਪਵਨ ਕੁਮਾਰ ਟੀਨੂ ਤੇ ਗੁਰਪ੍ਰੀਤ ਸਿੰਘ GP, ਜਿਹੜੇ ਦੋਨੇ ਬਾਹਰੋਂ ਡੈਪੂਟੇਸ਼ਨ ਤੇ ਲਿਆਉਂਦੇ ਨੇ, ਤੇ ਪਰ ਦੋਵੇਂ ਸਾਬਕਾ MLA ਨੇ ਜੀ, 2 ਇਹ ਤੇ 2 ਬਾਕੀ ਸਾਰੇ MLA। ਫਰੀਦਕੋਟ ਕਰਮਜੀਤ ਅਨਮੋਲ, ਫਿਰੋਜ਼ਪੁਰ ਜਗਦੀਪ ਸਿੰਘ ਕਾਕਾ ਬਰਾੜ MLA, ਬਠਿੰਡਾ ਗੁਰਮੀਤ ਸਿੰਘ ਖੁੱਡੀਆਂ ਮੰਤਰੀ ਮਤਲਬ MLA, ਲੁਧਿਆਣਾ ਅਸ਼ੋਕ ਪੱਪੀ ਪਰਾਸ਼ਰ MLA ਜੀ। ਆਮ ਆਦਮੀ ਪਾਰਟੀ ਨੇ 13 ਦੇ ਵਿੱਚ 9 MLAਆਂ ਨੂੰ ਤੇ 5 ਮੰਤਰੀਆਂ ਨੂੰ ਟਿਕਟ ਦਿੱਤੀ ਆ। ਇਸੇ ਕਤਾਰ 'ਚ ਮੈਂ ਇੱਕ ਹੋਰ ਦੇਖਦਾ ਗਾ ਜੀ ਕਿ ਇਸੇ ਕਤਾਰ 'ਚ ਕਾਂਗਰਸ ਦੇ ਸੁਖਪਾਲ ਖਹਿਰਾ ਵੀ ਖੜੇ ਨੇ, ਉਹ ਵੀ ਮੌਜੂਦਾ MLA ਜੀ।
ਇੱਕ ਐਮ ਐਲ ਏ ਉਹਨਾਂ ਨੇ ਵੀ ਪਾਲ ਖਹਿਰਾ ਦਾ ਮੁਕਾਬਲਾ ਮੀਥੀਅਰ ਨਾਲ ਹੈ ਜੀ। ਸੋ ਜੇ ਦੋਵਾਂ ਚੋਂ ਇੱਕ ਵੀ ਜਿੱਤ ਗਿਆ, ਮੈਂ ਅਜੇ ਤੀਜੇ ਚੌਥੇ ਦੀ ਗੱਲ ਹੀ ਨਹੀਂ ਕਰਦਾ, ਅਜੇ ਵੀ ਨਹੀਂ ਚੁਣ ਦਿੱਤਾ ਇਹ ਆ ਬਿਲਕੁਲ। ਤੇ ਜੇ ਖੁਦਾ ਨਾ ਖਾਸਤਾ ਪੰਜਾਬ ਦੇ ਨੌ ਦੇ ਨੌ ਐਮ ਐਲ ਏ ਜਿੱਤ ਜਾਣ ਤਾਂ ਪੰਜਾਬ 'ਚ ਨੌ ਜਿਮਨੀ ਚੋਣਾਂ ਤਾਂ ਤੈਅ ਹੋ ਗਈਆਂ ਨਾ ਜੀ ਸੋ ਇਹਦਾ ਖਰਚਾ ਕੌਣ ਦਊਗਾ? ਜੀ ਕਾਂਗਰਸ ਨੇ ਆਪਣੇ ਅਜੇ 6 ਹੀ ਲਾਨੇ ਨੇ, ਉਹਨਾਂ 'ਚ ਵੀ ਮਤਲਬ ਕਿ ਚਰਨਜੀਤ ਚੰਨੀ ਨੂੰ ਲੈ ਕੇ ਅਜੇ ਵੀ ਖਾਸਾ ਖਿੱਚੋ ਤਾਣਾ, ਅਤੇ ਕਹਿੰਦੇ ਹੁਣ ਜਿਹੜਾ ਪਰਿਵਾਰ ਹੈ ਚੌਧਰੀ ਸੰਤੋਖਰਾਂ ਦਾ ਉਹਨੂੰ ਹੁਸ਼ਿਆਰਪੁਰ ਐਡਜਸਟ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਕਾਂਗਰਸ, ਕਿਉਂਕਿ ਹੁਣ ਤਾਂ ਆਮ ਆਦਮੀ ਪਾਰਟੀ ਵੀ ਵਿਹਲੀ ਹੋ ਗਈ ਉਸ ਮਾਮਲੇ 'ਚ ਟਿਕਟਾਂ ਤੋਂ, ਇਹਨਾਂ ਸੀਟਾਂ ਤੋਂ, ਅਤੇ ਭਾਜਪਾ ਵੀ ਵਿਹਲੀ ਹੋ ਗਈ ਜੀ। ਇਸ ਲਈ ਹੁਣ ਕਹਿੰਦੇ ਲੈ ਦੇਖਿਆ ਜੇ ਇਸੇ ਕਾਂਗਰਸ 'ਚ ਟਿਕਣ ਦਾ ਇਰਾਦਾ। ਅਕਾਲੀ ਦਲ ਦੇ 7 ਉਮੀਦਵਾਰ ਨੇ, 7 ਉਹਨਾਂ ਦੇ ਪਾਰਟੀ ਦੇ ਅੰਦਰੋਂ ਹੀ ਘੁੰਮਦੇ ਨੇ, ਠੀਕ ਹੈ, ਪਰ ਫਿਰ ਜਿਹੜਾ ਹਵਾਲਾ ਤੁਸੀਂ ਦੇ ਰਹੇ ਹੋ ਜੀ ਕਿ ਐਮ ਐਲ ਏਆਂ 'ਚ ਆਮ ਆਦਮੀ ਪਾਰਟੀ ਮੂਹਰੀ 'ਚ ਦਲ ਬਦਲੂਆਂ 'ਚ ਭਾਜਪਾ ਮੋਹਰੀ, ਬਿਲਕੁਲ ਜੀ, ਆਮ ਆਦਮੀ ਪਾਰਟੀ ਦੇ 13 ਸੀਟਾਂ ਦੇ ਵਿੱਚੋਂ 3 ਦਲ ਬਦਲੂ ਨੇ ਸਿੱਧੇ, ਮੈਂ ਜੀ ਪੁਰਾਣਾ ਰਿਕਾਰਡ ਨਹੀਂ ਦੇਖਦਾ, ਮੈਂ ਤਾਂ ਮਾਲਵਿੰਦਰ ਕੰਗੋਰੀ ਵੀ ਪਾਇਆ ਭਾਜਪਾ ਘੁੰਮ ਕੇ ਆਏ ਹੋਏ ਜੀ ਜੀ। ਆਪਾਂ ਹੁਣ ਤਾਜ਼ੀ ਸਥਿਤੀ ਦੀ ਗੱਲ ਕਰਦੇ ਹਾਂ ਹੁਣ ਵਾਲੀਆਂ, 3 ਦਲ ਬਦਲੂ ਨੇ ਇਹਨਾਂ 'ਚ, ਸਭ ਤੋਂ ਪਹਿਲਾਂ ਡਾਕਟਰ ਰਾਜ ਕੁਮਾਰ ਚੱਬੇਵਾਲ ਜੀ, ਕਾਂਗਰਸ ਛੱਡ ਕੇ ਇੱਧਰ ਆਈ ਟਿਕਟ ਮਿਲ ਗਈ, ਪਵਨ ਕੁਮਾਰ ਟੀਨੂ ਹੈ ਨਾ ਅਕਾਲੀ ਦਲ ਛੱਡ ਕੇ ਆਏ ਆਉਂਦੀ ਟਿਕਟ ਮਿਲ ਗਈ, ਹੈ ਗੁਰਪ੍ਰੀਤ ਸਿੰਘ ਜੀ ਪੀ ਜੀ ਕਾਂਗਰਸ ਛੱਡ ਕੇ ਟਿਕਟ ਮਿਲ ਗਈ, ਸੋ ਇਸ ਲਈ ਅੱਜ ਦੀ 13 ਦੀ ਸੂਚੀ ਦੇ ਵਿੱਚ 3 ਬੰਦੇ ਇਹਨਾਂ ਕੋਲ ਆਏ ਜੇ, ਤੇ ਉੱਧਰ ਭਾਜਪਾ ਕਹਿੰਦੀ ਅਸੀਂ ਤਾਂ ਨੰਬਰ 1 ਹੈ ਜੀ ਇਸ ਮਾਮਲੇ, ਸਾਡੇ ਕੋਲ 4 ਹੈਗੇ। ਸੋ ਸਭ ਤੋਂ ਪਹਿਲਾਂ ਜੇਕਰ ਮੈਂ ਦਲ ਬਦਲੂਆਂ ਦੇ ਵਿੱਚ ਗੱਲ ਕਰਾਂ, ਸੁਸ਼ੀਲ ਕੁਮਾਰ ਰਿੰਕੂ ਜੀ, ਵੈਸੇ ਜੇ ਆਮ ਆਦਮੀ ਪਾਰਟੀ ਕਹੇ ਕਿ ਅਸੀਂ ਵੀ 4 'ਚ ਬਰਾਬਰ ਹਾਂ, ਉੱਧਰ ਵੀ ਸੀਗਾ ਨਾ ਇੱਕ ਵਾਰ ਜੀ, ਇਸ ਲਈ ਚਲੋ ਫਿਰ ਵੀ ਉਹ 3-3 ਤੇ ਸੁਸ਼ੀਲ ਕੁਮਾਰ ਰਿੰਕੂ ਦਲ ਬਦਲ ਕੇ ਆਏ ਤੇ ਜਲੰਧਰ ਤੋਂ ਟਿਕਟ ਲੈ ਗਏ ਭਾਜਪਾ 'ਚ ਜੀ। ਉਹ ਤੋਂ ਬਾਅਦ ਪਰਨੀਤ ਕੌਰ ਮੌਜੂਦਾ ਐਮ ਪੀ ਕਾਂਗਰਸ ਦੀ ਟਿਕਟ ਲੈ ਗਈ ਦਲ ਬਦਲ ਕੇ, ਪਰਮਪਾਲ ਕੌਰ ਸਿੱਧੂ ਅਕਾਲੀ ਦਲ ਦੇ ਪਰਿਵਾਰ 'ਚੋਂ ਆਈ ਤੇ ਟਿਕਟ ਲੈ ਗਈ, ਰਵਨੀਤ ਬਿੱਟੂ ਵੈਸੇ ਜਿਵੇਂ ਆਪਾਂ ਕੰਗ ਦੀ ਗੱਲ ਕਰਦੇ ਹਾਂ ਉਵੇਂ ਹੰਸਰਾਜ ਵੀ ਹੈ, ਦੋਨੇ ਪਾਰਟੀਆਂ 'ਚ ਘੁੰਮ ਫਿਰ ਕੇ ਨੇ, ਪਰ ਮੈਂ ਮੌਜੂਦਾ ਦੀ ਉਹ ਗੱਲ ਕਰ ਰਿਹਾ, ਸੋ ਮੌਜੂਦਾ ਦੇ ਵਿੱਚ ਪਰਨੀਤ, ਰਵਨੀਤ, ਪਰਮਪਾਲ ਕੌਰ ਅਤੇ ਸੁਸ਼ੀਲ ਰਿੰਕੂ, ਸੋ 4 ਅਜਿਹੇ ਚਿਹਰੇ ਨੇ, ਪਰ ਇਹਦੇ ਨਾਲ ਨਾਲ ਭਾਰਤ ਇੱਕ ਵੱਖਰੀ ਤਰ੍ਹਾਂ ਦੀ ਪੰਜਾਬ 'ਚ ਲੀਕ ਖਿੱਚ ਗਈ। ਤੁਸੀਂ ਇਹ ਦੇਖੋ ਕਿ ਉਹਨੇ 9 ਦੇ ਵਿੱਚੋਂ 3 ਬੀਬੀਆਂ ਨੂੰ ਟਿਕਟ ਦਿੱਤੀ ਹੈ ਜੀ, ਪਰ ਅਜੇ ਤੱਕ ਹੋਰ ਕਿਸੇ ਪਾਰਟੀ ਦੀ ਸੂਚੀ ਮੈਨੂੰ ਬੀਬੀ ਨਹੀਂ ਲੱਭ ਰਹੀ। ਸੋ ਭਾਜਪਾ ਦੇ 9 ਦੇ ਵਿੱਚੋਂ 3 ਜਿਹੜੇ ਕੈਂਡੀਡੇਟਸ ਨੇ 3 ਬੀਬੀਆਂ ਨੇ। ਅੱਜ ਸੋਮ ਪ੍ਰਕਾਸ਼ ਦੀ ਧਰਮ ਪਤਨੀ ਅਨੀਤਾ ਸੋਮ ਪ੍ਰਕਾਸ਼ ਨੂੰ ਟਿਕਟ ਮਿਲ ਗਈ ਹੁਸ਼ਿਆਰਪੁਰ ਤੋਂ ਜੀ, ਪਰਨੀਤ ਕੌਰ ਪਟਿਆਲਾ ਤੋਂ ਟਿਕਟ ਲੈ ਗਈ, ਪਰਮਪਾਲ ਕੌਰ ਸਿੱਧੂ ਹਰੀ ਬਠਿੰਡਾ ਤੋਂ ਟਿਕਟ ਲੈ ਗਏ ਜੀ। ਸੋ ਅਜੇ ਤੱਕ ਕਾਂਗਰਸ, ਅਕਾਲੀ ਦਲ ਤੇ ਆਮ ਆਦਮੀ ਪਾਰਟੀ, ਆਮ ਆਦਮੀ ਪਾਰਟੀ ਦਾ ਸੁਭਾਵਨਾ ਹੀ ਖਤਮ ਹੈ ਨਾ ਜੀ 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 ਜੀ। ਇਸ ਪਹਿਲੂ ਤੇ ਵੀ ਮਤਲਬ ਕਿ ਚਰਚਾ ਹੋ ਰਹੀ ਹੈ ਕਿ ਉਸ ਮਾਮਲੇ 'ਚ ਵੀ ਬੀਜੇਪੀ ਬਾਜੀ ਮਾਰ ਰਹੀ ਹੈ ਕਿ ਉਹ ਬੀਬੀਆਂ ਨੂੰ ਪੈਰਕਦਮੀ ਦੇਗੀ, ਤੇ ਮੈਂ ਇੱਕ ਓਵਰਆਲ ਇੰਡੀਆ ਦਾ ਟ੍ਰੈਫ ਰਿਪੋਰਟ ਦੇਖ ਰਿਹਾ ਸੀਗਾ, ਬੀਬੀਆਂ ਦੀ ਜਿੱਤ ਦੀ ਸੰਭਾਵਨਾ ਬੰਦਿਆਂ ਦੇ ਮੁਕਾਬਲੇ ਜ਼ਿਆਦਾ ਹੈ। ਅੱਛਾ ਜੀ ਜੀ, ਇਹ ਆਪਣੇ ਆਪ ਕਾਰਨ ਇਹ ਹੈ ਕਿ ਉਹ ਘੱਟ ਲੜਦੀਆਂ ਤੇ ਉਹਨਾਂ 'ਚ ਜਿੱਤਦੀਆਂ, ਪਰ ਫਿਰ ਵੀ ਇਹ ਹਾਂ ਉੱਧਰ ਇਮਾਨ ਸਿੰਘ ਮਾਨ ਉੱਥੋਂ ਆਪਣਾ ਅੰਮ੍ਰਿਤਸਰ ਤੋਂ, ਸਿਮਰਜੀਤ ਮਾਨ ਸੰਗਰੂਰ ਤੋਂ ਤੇ ਲੱਖਾ ਸਦਾਣਾ ਬਠਿੰਡਾ ਤੋਂ, ਉਹ ਵੀ ਦਾਅਵੇਦਾਰੀ ਕਰਕੇ ਖੜੇ ਨੇ, ਇਸ ਲਈ ਟਿਕਟਾਂ ਟੁੱਟਾਂ ਦਾ ਕੰਮ ਤਾਂ ਲਗਭਗ ਨੇੜੇ ਲੱਗਦਾ ਜਾ ਰਿਹਾ। ਸੋ ਪਰ ਫਿਰ ਵੀ ਫਿਲਹਾਲ ਦਲ ਬਦਲੂਆਂ ਦੀ ਚਰਚਾ ਅਜੇ ਵੀ ਹੈ, ਅਤੇ ਅਜੇ ਜਿੰਨਿਆਂ ਦੇ ਆਉਣੇ ਨੇ 4 ਭਾਜਪਾ ਦੇ ਆਉਣੇ ਨੇ, 6 ਅਜੇ ਅਕਾਲੀ ਦਲ ਦੇ ਆਉਣੇ ਨੇ, 7 ਅਜੇ ਕਾਂਗਰਸ ਦੇ ਆਉਣੇ, ਇਹਨਾਂ 'ਚ ਕਿਹੜੇ ਦਲ ਬਦਲੂ ਦਾ ਦਾਅ ਲੱਗਦਾ ਇਹ ਦੇਖਦੇ ਹਾਂ, ਕਿਉਂਕਿ ਕਾਂਗਰਸ ਨੇ ਵੀ ਧਰਮਵੀਰ ਗਾਂਧੀ ਨੂੰ ਜੇ ਗਿਣੋਗੇ ਤਾਂ ਦਲ ਬਦਲੂਆਂ 'ਚ ਗਿਣੋਗੇ ਨਾ। ਜੀ 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 ਬਿਲਕੁਲ, ਦੇਖੋ ਦਲ ਬਦਲੂਆਂ ਨੇ ਤਾਂ ਕਿਸੇ ਨਾ ਕਿਸੇ ਚੁੱਲ੍ਹੇ 'ਤੇ ਆਪਣਾ ਤਵਾ ਰੱਖ ਕੇ ਰੋਟੀ ਰਾੜਨ ਦਾ ਬੰਦੋਬਸਤ ਕਰ ਲਿਆ, ਜਿਨ੍ਹਾਂ ਦਾ ਤੁਸੀਂ ਜ਼ਿਕਰ ਕੀਤਾ ਜੀ, ਪਰ ਪੰਜਾਬ ਕਿਤੇ ਜੀ ਬਿਲਕੁਲ 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 ਸਹੀ ਗੱਲ ਆ। ਇਸ ਲਈ ਇਹ ਸੋਚਣਾ ਚਾਹੀਦਾ, ਦੇਖੋ ਮੈਨੂੰ ਲੱਗਦਾ
ਵੋਟਰ ਨੂੰ ਇਹ ਜ਼ਰੂਰ ਸੋਚਣ ਦੇ ਇੱਕ ਦਲ ਬਦਲੂ ਦੇ ਹਵਾਲੇ ਨਾਲ ਜੀ ਕਿ ਉਹ ਧੋਖਾ ਕਰ ਰਹੇ ਆ ਆਪਣੇ ਮਤਲਬ ਵੋਟਰਾਂ ਨਾਲ, ਤੇ ਦੂਸਰਾ ਮੈਨੂੰ ਲੱਗਦਾ ਕਿ ਜਿਹੜੀ ਆ ਚਿਮਨੀ ਚੋਣ ਦਾ ਵਜਨ ਜੀ ਇਸ ਮਸਲੇ ਨੂੰ, ਕਿ ਜਾਂ ਤਾਂ ਚੋਣ ਕਮਿਸ਼ਨ ਤੈਅ ਕਰੇ ਕਿ ਜਿਹੜਾ ਵੀ ਏਦਾਂ ਚੋਣ ਲੜਦਾ ਵਿੱਚ ਛੱਡ ਕੇ ਹੈ ਨਾ, ਤੇ ਉਹ ਭਾਈ ਜੇ ਜਿਮਨੀ ਚੋਣ ਹੋਊਗੀ ਤਾਂ ਉਹਦਾ ਖਰਚਾ ਉਹ ਪੂਰਾ ਕਰੂਗਾ, ਜੀ ਬਿਲਕੁਲ ਜਾਂ ਤਾਂ ਇਹੋ ਜਿਹਾ ਕੋਈ ਨਿਯਮ ਬਣੇ, ਨਹੀਂ ਤਾਂ ਫਿਰ ਵੋਟਰ ਸੋਚੇ ਕਿ ਭਾਈ ਆਪਾਂ ਕਾਹਨੂੰ ਜਿਮਨੀ ਚੋਣ ਕਰਾਉਣੀ ਆ, ਵੋਟ ਤਾਂ ਪੰਜਾਬ ਦੇ ਸਿਰ ਤੇ ਪੈਣਾ। ਹਾਂ, ਜਾਂ ਫਿਰ ਉਧਰੋਂ ਅਸਤੀਫਾ ਦੇ ਕੇ ਫੇਰ ਆਓ, ਕਿਉਂਕਿ ਜਿਹੜੀ ਆਪਣਾ ਮੌਜੂਦਾ ਅਹੁਦਾ ਹੁੰਦਾ, ਜਿਹੜਾ ਮੌਜੂਦਾ ਪਬਲਿਕ ਅਹੁਦਾ, ਉਹਨੂੰ ਤਾਂ ਇੰਸ਼ੋਰੈਂਸ ਪਾਲਿਸੀ ਵਾਂਗੂ ਰੱਖ ਲਿਆ ਨਾ, ਵੀ ਜੇ ਹਾਰ ਗਏ ਉਹ ਤਾਂ ਹੈ ਹੀ ਹੈ। ਤੇ ਨਹੀਂ ਫਿਰ ਪਾਰਟੀ ਨੂੰ ਕਹਿੰਦੇ ਮੈਂ ਅਗਲੀ ਐਡਵਾਂਸ ਇੰਸ਼ੋਰੈਂਸ ਕਰਾਇਆ, ਯੈਸ, ਕੱਲ੍ਹ ਤੁਸੀਂ ਸਮਝਾਈ ਸੀ ਸਾਰੀ ਗੱਲ, ਉਹ ਪੂਰਾ ਟਰੈਕ ਦੱਸਿਆ ਸੀ। ਅੱਛਾ ਦੇਖੋ, ਇਹ ਤਾਂ ਗੱਲ ਰਹੀ ਜੀ, ਜਿਹੜੀ ਤੁਸੀਂ ਗੱਲ ਕੀਤੀ ਨਾ, ਵੀ ਕਈ ਵਾਰੀ ਜਿਹੜਾ ਤਵਾ ਪੁੱਠਾ ਵੀ ਵੱਜ ਜਾਂਦਾ ਹੁੰਦਾ, ਪੁੱਠਾ ਪੈ ਜਾਂਦਾ ਹੁੰਦਾ। ਹੁਣ ਜਿਹੜੇ ਕਈ ਐਸਟੈਬਲਿਸ਼ਡ ਨਾਮ ਰਾਜਨੀਤੀ ਦੇ ਵਿੱਚ ਬੀਤੇ ਦਹਾਕਿਆਂ 'ਚ ਰਹੇ ਨੇ, ਇੰਝ ਲੱਗਦਾ ਵੀ ਜਿਵੇਂ ਉਹਨਾਂ ਦੀ ਚਮਕ ਹੁਣ ਗੁਆਚ ਗਈ ਲੱਗਦੀ ਆ। ਹੁਣ ਐਗਜ਼ਾਮਪਲ ਕੈਪਟਨ ਭੱਠਲ, ਸਿੱਧੂ ਤਾਂ ਹੁਣ ਕਮੈਂਟਰੀ ਵਗੈਰਾ ਕਰਨ ਹੁਣ IPL ਦੇ ਵਿੱਚ ਮਸਰੂਫ ਨੇ, ਜਾਂ ਫਿਰ ਹੁਣ ਢੀਂਡਸਾ, ਕਿ ਇਹਨਾਂ ਨੇ ਪੰਜਾਬ ਦੇ ਵਿੱਚ ਆਪਣੀ ਜਿਹੜੀ ਸਿਆਸੀ ਖਿੱਚ ਸੀ ਉਹਨਾਂ ਦੀ ਜਾਂਦੀ ਲੱਗੀ ਹੈ ਜੀ, ਗਵਾ ਚੁੱਕੇ ਨੇ। ਬਿਲਕੁਲ, ਤੁਸੀਂ ਦਰੁਸਤ ਕਹਿ ਸਕਦੇ ਕਿ ਪੰਜਾਬ 'ਚ ਕਿੰਨੇ ਅਜਿਹੇ ਚਿਹਰੇ ਹੋਣੇ ਹੈ ਨਾ, ਮਤਲਬ ਜੇ ਪਰਿਵਾਰਾਂ ਦੇ ਹਵਾਲੇ ਨਾਲ ਵੀ ਗੱਲ ਕਰੋ ਤਾਂ ਬਾਦਲ ਪਰਿਵਾਰ ਦੀ ਧੀ ਬੋਲਦੀ ਆ ਜੀ, ਮਹਾਰਾਜਾ ਪਰਿਵਾਰ ਦੇ ਨਾਂ ਨਾਲ ਕੈਪਟਨ ਦੇ ਪਰਿਵਾਰ ਨੂੰ ਹੈ ਮਤਲਬ ਕਿ ਪ੍ਰਭਾਸ਼ਿਤ ਕੀਤਾ ਜਾਂਦਾ ਸੀ ਜੀ, ਮਹਾਰਾਜਾ ਦੇ ਪਟਵਾ ਹੈ ਨਾ ਜੀ, ਫਿਰ ਇਸੇ ਤਰ੍ਹਾਂ ਬਰਨਾਲਾ ਪਰਿਵਾਰ, ਮਤਲਬ ਕਿੰਨਾ ਸਮਾਂ ਰਿਹਾ ਬੇਅੰਤ ਸਿੰਘ ਦੇ ਟੰਬਰ ਦਾ ਹਵਾਲਾ ਜੀ। ਇਸ ਲਈ ਸਮੇਂ ਦੇ ਬਹਿਣ ਦੇ ਵਿੱਚ ਜਿਹੜੇ ਚਲੇ ਗਏ, ਚਲੋ ਆਪਾਂ ਅੱਜ ਉਹਨਾਂ ਦੀ ਗੱਲ ਨਹੀਂ ਕਰਦੇ ਜੀ, ਪਰ ਜਿਹੜੇ ਹੈਗੇ ਨੇ ਉਹਨਾਂ ਦੇ ਵਿੱਚੋਂ ਵੀ ਮਤਲਬ ਕੈਪਟਨ ਅਮਰਿੰਦਰ ਜੀ, ਪੰਜਾਬ 'ਚ ਚੋਣਾਂ ਹੋਣ ਅਤੇ ਅਮਰਿੰਦਰ ਦਾ ਕੋਈ ਨਾਂ ਨਿਸ਼ਾਨ ਨਹੀਂ, ਠੀਕ ਹੈ ਪ੍ਰਨੀਤ ਹੈਗੀ ਹੈ ਉਹਨਾਂ ਦੀ ਧੀ ਚੋਣ ਪ੍ਰਚਾਰ ਵਜੋਂ ਹੈਗੀ ਹੈ, ਕੈਪਟਨ ਅਮਰਿੰਦਰ ਨੇ ਸਰਗਰਮ ਸਿਆਸਤ ਤੋਂ ਅਸਤੀਫਾ ਨਹੀਂ ਲਿਆ ਜੀ, ਸੰਨਿਆਸ ਨਹੀਂ ਲਿਆ, ਪਰ ਪੰਜਾਬ ਨੇ ਸੰਨਿਆਸ ਦਿੱਤਾ ਕਿ ਬੈਠੋ ਜਨਾਬ ਘਰੇ ਬੈਠੋ, ਹੁਣ ਨਹੀਂ ਸਾਨੂੰ ਯਾਦ ਚੇਤੇ ਜੀ, ਠੀਕ ਹੈ ਲੰਬਾ ਕੈਰੀਅਰ ਰਿਹਾ ਫੌਜ ਦੀ ਨੌਕਰੀ ਹੈ ਨਾ, ਫਿਰ ਪੰਜਾਬ 'ਚ 2 ਵਾਰ ਮੁੱਖ ਮੰਤਰੀ, ਕੇਂਦਰ ਦੇ ਵਿੱਚ ਵੀ ਸਾਰੀ ਭੂਮਿਕਾ ਰਹੀ, ਪਰ ਉਹਦੇ ਬਾਵਜੂਦ ਹੁਣ ਲਾਂਭੇ ਨੇ ਜੀ, ਆਪਣੀ ਪਾਰਟੀ ਵੀ ਬਣਾਈ ਸੀ, ਚੋਣ ਵੀ ਲੜੀ, ਸਾਰਾ ਕੁਛ ਕੀਤਾ, ਭਾਜਪਾ 'ਚ ਵੀ ਚਲੇ ਗਏ, ਠੀਕ ਆ ਟੱਬਰ ਨੂੰ ਸੈੱਟ ਕਰਨ ਦੀਆਂ ਗੋਟੀਆਂ ਫਿੱਟ ਕਰ ਗਏ ਜੀ, ਪੰਜਾਬ ਦੀ ਰਾਜਨੀਤੀ ਸਭਾ ਤੋਂ ਬਾਹਰ ਨੇ ਨਾ, ਸੋ ਉਸੇ ਤਰ੍ਹਾਂ ਬੀਬੀ ਭੱਠਲ ਜੀ, ਦਬਦਬਾ ਸੀ ਬੀਬੀ ਭੱਠਲ ਦਾ, ਮਤਲਬ ਤੁਹਾਡੇ ਧਿਆਨ 'ਚ ਹੋਵੇ ਭਗਵੰਤ ਮਾਨ ਹੋਰਾਂ ਨੇ ਪਹਿਲੀ ਚੋਣ PPP ਵੱਲੋਂ ਬੀਬੀ ਭੱਠਲ ਦੇ ਖਿਲਾਫ਼ ਲੜੀ ਸੀ ਜੀ, ਇਸ ਦੇ ਮਤਲਬ ਅੱਜ ਬੀਬੀ ਭੱਠਲ ਕਿਤੇ ਅਤੇ ਭਗਵੰਤ ਮਾਨ ਕੀਤੇ ਆ, ਇਹਦਾ ਇਹ ਵੀ ਪਹਿਲੂ ਹੁੰਦਾ, ਇਹਦਾ ਮਤਲਬ ਜਿਹੜਾ ਸੂਰਜ ਚੜ੍ਹਦਾ ਉਹਨੇ ਇੱਕ ਦਿਨ ਡੁੱਬਣਾ ਹੈ, ਬਿਲਕੁਲ ਇਹ ਹੁਣ ਵਾਲਿਆਂ ਨੂੰ ਵੀ ਚੇਤੇ ਰੱਖਣਾ ਚਾਹੀਦਾ ਜੀ, ਹੈ ਨਾ, ਸੋ ਬੀਬੀ ਭੱਠਲ ਨੂੰ ਹੁਣ ਸਿਆਸਤ ਦੇ ਵਿੱਚ ਠੀਕ ਹੈ ਕਿਸੇ ਇੱਕ ਸੂਬੇ ਦੀ ਇੰਚਾਰਜ ਲਾਇਆ ਹੋਇਆ, ਉੱਥੇ ਮਾੜੀ ਮੋਟੀ ਫੋਟੋ ਫੋਟੋ ਆ ਜਾਂਦੀ ਹੈ ਕਈ ਵਾਰ, ਅਤੇ ਇਸੇ ਤਰ੍ਹਾਂ ਆਪਾਂ ਗੱਲ ਕਰੀਏ ਜਗਮੀਤ ਬਰਾੜ ਜੀ, ਬੁਲਾਰਿਆਂ ਵਜੋਂ ਜਾਣੇ ਜਾਂਦੇ ਸੀ ਪੰਜਾਬ ਦੇ, ਮਤਲਬ ਕਹਿੰਦੇ ਜੀ ਕਿ ਇੱਕੋ ਇੱਕ ਇਹੋ ਜਿਹਾ ਬੰਦਾ ਹੈ ਜਿਹੜਾ ਬਾਦਲ ਦੇ ਸਾਹਮਣੇ ਵੀ ਲੜਿਆ ਅਤੇ ਸੁਖਬੀਰ ਦੇ ਸਾਹਮਣੇ ਵੀ ਲੜਿਆ ਜੀ, ਜੇ ਸੁਖਬੀਰ ਨੂੰ ਹਰਾਉਣ 'ਚ ਵੀ ਕਾਮਯਾਬ ਹੋ ਗਏ ਸੀ, ਸੋ ਇਸ ਲਈ ਉਸ ਬਾਰੇ ਨਾ ਅੱਜ ਜਗਮੀਤ ਬਰਾੜ ਅਕਾਲੀ ਦਲ 'ਚ ਵੀ ਚਲੇ ਗਏ, ਕਾਂਗਰਸ ਛੱਡ ਛੁੱਟ ਕੇ ਹੈ ਨਾ, ਅਤੇ ਪਰ ਮੁੜ ਕੇ ਮਤਲਬ ਯਾਦ ਚੇਤੇ ਵੀ ਨਹੀਂ ਜੀ, ਸੋ ਇਸੇ ਕਿਤਾਬ ਦੇ ਵਿੱਚ ਨਵਜੋਤ ਸਿੱਧੂ, ਨਵਜੋਤ ਸਿੱਧੂ ਲਗਾਤਾਰ ਇੱਕ ਤੋਂ ਇੱਕ ਤੋਂ ਇੱਕ, ਮਤਲਬ ਜਿਵੇਂ ਉਹ ਪਾਰੀ ਹੁੰਦੀ ਆ ਨਾ 2020 ਵਾਲੀ, ਉਵੇਂ ਆਏ ਸਿੱਧੇ ਹੈ ਨਾ 2004 ਦੇ ਵਿੱਚ ਪਹਿਲੀ ਵਾਰ ਭਾਜਪਾ ਜਿੱਤ ਗਏ ਜੀ, ਉਹ ਮਾਮਲਾ ਨਿਕਲਿਆ, ਕੇਸ ਖੁੱਲ ਗਿਆ, ਨਾਲੇ ਜਿਮਨੀ ਚੋਣ ਹੋਈ ਫਿਰ ਜਿੱਤ ਗਏ ਜੀ, ਹੈ ਫਿਰ ਦੁਬਾਰਾ ਅਗਲੀਆਂ ਚੋਣਾਂ ਆ ਗਈਆਂ ਫਿਰ ਜਿੱਤ ਗਏ ਜੀ, ਹੈ ਨਾ ਲਗਾਤਾਰ, ਫਿਰ ਅਚਾਨਕ ਜਿੱਤੇ ਜਿੱਦਾਂ ਕੱਟੀ ਗਈ ਜੀ, ਅਰੁਣ ਜੇਤਲੀ ਜੀ ਆ ਗਏ ਅਤੇ ਨਾਰਾਜ਼ਗੀ ਸ਼ੁਰੂ ਹੋ ਗਈ, ਰਾਜ ਸਭਾ ਭੇਜਤਾ, ਵਾਪਸ ਆ ਗਏ, ਆ ਕੇ ਆਪਣੀ ਸਿਆਸਤ ਲਓ ਜੀ, ਹੈ ਉਪ ਮੁੱਖ ਮੰਤਰੀ ਬਣ ਗਏ, ਮੰਤਰੀ ਬਣ ਗਏ,
ਤੇ ਪਰ ਉੱਥੇ ਵੀ ਅਸਤੀਫਾ ਦਿੱਤਾ ਤੇ ਕੈਪਟਨ ਨਾਲ ਵੀ ਵਿਗੜ ਗਈ, ਪ੍ਰਧਾਨਗੀ ਵੀ ਮਿਲੀ, ਜਾਖੜ ਵੀ ਗਵਾ ਲਿਆ ਕਾਂਗਰਸ ਨੇ, ਤੇ ਨਵਜੋਤ ਸਿੱਧੂ ਹੁਣ ਤਾਂ ਵੀ ਨਹੀਂ ਰਿਹਾ ਉਹਨਾਂ ਕੋਲ ਜੀ ਜੀ। ਸੋ ਨਵਜੋਤ ਸਿੱਧੂ ਜੀ ਹੁਣ ਕਮੈਂਟਰੀ ਵਾਲੇ ਪਾਸੇ ਨੂੰ ਵਾਪਸ ਪਰਤ ਗਏ ਤੇ ਕਾਂਗਰਸ ਫਿਰ ਹੱਥ ਮਲ ਰਹੀ ਹੈ ਤੇ ਕਈ ਕਾਂਗਰਸੀ ਕਹਿੰਦੇ ਸ਼ੁਕਰ ਹੈ ਜੇ ਹੁੰਦਾ ਤਾਂ ਸਾਡੇ ਨੁਕਸਾਨ ਕਰ। ਇਸ ਤਰ੍ਹਾਂ ਦੀ ਕਤਾਰ ਦੇ ਵਿੱਚ ਅੱਜ ਢੀਂਡਸਾ ਵੀ ਖੜੇ ਨਾ ਜੀ। ਸੋ ਢੀਂਡਸਾ ਹੋਰੀ ਕਿਸੇ ਸਮੇਂ ਬਾਦਲ ਦੇ ਖਾਸਮ ਖਾਸ, ਬਾਦਲ ਹੋਰੀ ਕਹਿੰਦੇ ਸਲਾਹ ਲੈਂਦੇ ਸੀ, ਮੰਨਣੀ ਨਹੀਂ ਮੰਨਣੀ ਹੈ ਵੱਖਰੀ ਗੱਲ ਜੀ, ਪਰ ਸਲਾਹ ਜ਼ਰੂਰ ਲੈਂਦੇ ਸੀ ਕਹਿੰਦੇ ਇਹਨਾਂ। ਸੋ ਇਸ ਲਈ ਸਰਗਰਮ ਸਿਆਸਤ, ਵਾਜਪਾਈ ਦੀ ਸਰਕਾਰ ਦੇ ਵਿੱਚ ਮੰਤਰੀਆਂ 'ਚ ਇਹਨਾਂ ਦਾ ਵੀ ਨਾਂ ਸੀ ਜੀ। ਸੋ ਇਸ ਲਈ ਦਿੱਲੀ ਤੱਕ ਚੰਗਾ ਰੁਤਬਾ ਰੱਖਦੇ ਸੀ, ਪਰ ਹੁਣ ਇਹ ਵੀ ਸਰਗਰਮ ਸਿਆਸਤ ਦੇ ਵਿੱਚ ਸਰਗਰਮ ਹੈਗੇ ਨੇ, ਪਰ ਉਹ ਸਰਗਰਮੀ ਰੰਗ ਨਹੀਂ ਦਿਖਾ ਰਹੀ। ਸੋ ਇਹ ਉਹ ਕੁਝ ਨਾਂ ਨੇ ਜਿਹਨਾਂ ਦੀ ਪੰਜਾਬ 'ਚ ਕਿਸੇ ਸਮੇਂ ਤੂਤੀ ਬੋਲਦੀ ਸੀ, ਪਰ ਅੱਜ ਉਹ ਚਮਕ ਨਹੀਂ ਰਹੀ, ਉਹ ਰੰਗ ਨਹੀਂ ਰਿਹਾ, ਉਹ ਅੰਦਾਜ਼ ਨਹੀਂ ਰਿਹਾ ਜੀ। ਦੀਪਕ ਜੀ, ਹੁਣ ਜੇ ਢੀਂਡਸਾ ਪਰਿਵਾਰ ਦੀ ਗੱਲ ਕਰੀਏ, ਢੀਂਡਸਾ ਪਰਿਵਾਰ ਵੀ ਪਿਛਲੇ ਦਿਨਾਂ 'ਚ ਖਬਰਾਂ ਦੇ ਵਿੱਚ ਕਾਫੀ ਬਣਿਆ ਰਿਹਾ ਕਿ ਕਿਹੜੀ ਕਿਹੜੀ ਪਾਰਟੀ ਦੇ ਵਿੱਚ ਕੌਣ ਜਾਂਦਾ ਅਤੇ ਕੀ ਹੋਏਗਾ। ਢੀਂਡਸਾ ਪਰਿਵਾਰ ਦੀ ਜਿਹੜੀ ਸਿਆਸੀ ਪੱਖੋਂ ਨਾਰਾਜ਼ਗੀ ਅਕਾਲੀ ਦਲ ਦੇ ਨਾਲ, ਉਹਦੇ ਬਾਰੇ ਤੁਸੀਂ ਕਾਫੀ ਜਿਹੜਾ ਵੇਰਵਾ ਬੀਤੇ ਦਿਨਾਂ ਸਾਂਝਾ ਕਰਦੇ ਰਹੇ ਹੋ, ਹੁਣ ਜਿਹੜਾ ਸੰਗਰੂਰ ਹਲਕੇ ਵਾਲਾ ਬਦਲਾ ਹੈ, ਕੀ ਢੀਂਡਸਾ ਪਰਿਵਾਰ ਨੇ ਉਹ ਬਠਿੰਡੇ ਦੇ ਵਿੱਚ ਪੂਰਾ ਕਰਨਾ ਜਾਂ ਕੋਈ ਹੋਰ ਸਟ੍ਰੈਟਜੀ ਚੱਲਦੀ ਨਜ਼ਰ ਆ ਰਹੀ ਹੈ? ਦੇਖੋ, ਆਪਾਂ ਕੱਲ੍ਹ ਵੀ ਗੱਲ ਕਰ ਰਹੇ ਸੀਗੇ ਕਿ ਢੀਂਡਸਾ ਪਰਿਵਾਰ ਆਪਣੇ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਿਹਾ, ਅਤੇ ਉਸ ਠੱਗੀ ਤੋਂ ਹੁਣ ਅੱਗੇ ਵੱਧ ਕੇ ਢੀਂਡਸਾ ਪਰਿਵਾਰ ਨੇ ਇੱਕ ਆਗਾਮੀ ਬੈਠਕ ਹਲਕੇ ਨੂੰ ਚੰਡੀਗੜ੍ਹ ਸੱਦ ਲਈ। ਅੱਛਾ ਜੀ। ਚੰਡੀਗੜ੍ਹ ਜਿਸ ਕੋਠੀ 'ਚ ਸੁਖਬੀਰ ਬਾਦਲ ਇਹਨਾਂ ਨੂੰ ਘਰ ਵਾਪਸੀ ਕਰਾਉਣ ਆਏ ਸੀ, ਉਸੇ ਕੋਠੀ ਦੇ ਵਿੱਚ ਸਵੇਰ ਨੂੰ ਇੱਕ ਆਪਣੇ ਸਮਰਥਕਾਂ ਦੀ, ਆਪਣੀ ਵਿਸ਼ਵਾਸ ਪਾਤਰਾਂ ਦੀ, ਸੁਖਦੇਵ ਸਿੰਘ ਢੀਂਡਸਾ ਨੇ, ਪਰਮਿੰਦਰ ਢੀਂਡਸਾ ਨੇ ਬੈਠਕ ਬੁਲਾਈ। ਨਾਰਾਜ਼ਗੀ ਇਸ ਗੱਲ ਤੋਂ ਹੈ, ਕਹਿੰਦੇ ਕਿ ਦਿੱਲੀ ਦੇ ਵਿੱਚ ਬੈਠ ਕੇ ਜਿਹੜਾ ਤੈਅ ਹੋਇਆ ਸੀ ਸੌਦਾ, ਉਹ ਸੌਦਾ ਪਟਿਆ। ਖਬਰ ਇਹ ਮਿਲ ਰਹੀ ਹੈ ਕਿ ਦਿੱਲੀ ਦੇ ਵਿੱਚ ਸੁਖਬੀਰ ਬਾਦਲ ਤੇ ਸੁਖਦੇਵ ਤੇ ਪਰਮਿੰਦਰ ਢੀਂਡਸਾ ਵਿਚਾਲੇ ਸਮਝੌਤਾ ਹੋਇਆ ਸੀ ਕਿ ਪਰਮਿੰਦਰ ਢੀਂਡਸਾ ਨੂੰ ਸੰਗਰੂਰ ਤੋਂ ਟਿਕਟ ਤੇ ਢੀਂਡਸਾ ਧੜੇ ਦੇ ਇੱਕ ਹੋਰ ਬੰਦੇ ਨੂੰ ਇੱਕ ਹੋਰ ਮੈਂਬਰ ਪਾਰਲੀਮੈਂਟ ਜੀ ਦੋ ਟਿਕਟਾਂ ਦਾ ਵਾਅਦਾ ਹੋਇਆ ਸੀ। ਕਹਿੰਦੇ ਜਦੋਂ ਮੁੰਡੇ ਨੂੰ ਉਹਨੇ ਦਿੱਤੀ ਤਾਂ ਹੋਰ ਤਾਂ ਕਿਹਨੂੰ ਦੇਣੀ ਹੈ? ਫਿਰ ਕਹਿੰਦੇ ਕਿ ਅਗਲੇ ਵਾਅਦੇ ਕੀ ਪਾਪਾ ਕਰਨਗੇ ਜਿਹੜੇ ਪਹਿਲਾ ਵਾਅਦਾ ਹੀ ਨਹੀਂ ਪਾਪਾ ਕੀਤਾ ਜੀ, ਫਿਰ ਅਸੀਂ ਅਗਲੇ ਵਾਅਦੇ ਦੀ ਉਦੋਂ ਪਤਾ ਕਰਨ ਲੱਗੇ ਪੜਚੋਲ। ਕਹਿੰਦੇ ਉਹਦੇ ਵਿੱਚ ਇਹ ਨਿਕਲ ਰਿਹਾ ਸੀਗਾ ਕਿ ਜਦੋਂ ਜੀ MP ਚੋਣਾਂ ਹੋ ਜਾਣਗੀਆਂ ਜੀ, ਉਹ ਤੋਂ ਬਾਅਦ ਨਵਾਂ ਸੰਗਠਨ ਬਣਾਇਆ ਜਾਊਗਾ, ਨਵਾਂ ਢਾਂਚਾ ਬਣਾਇਆ ਜਾਊਗਾ, 4 ਤੋਂ 5 ਜ਼ਿਲ੍ਹਾ ਪ੍ਰਧਾਨ ਢੀਂਡਸਾ ਗਰੁੱਪ ਦੇ ਬਣਨਗੇ ਪੰਜਾਬ 'ਚ। ਇਹ ਤੋਂ ਇਲਾਵਾ MLA ਦੀ ਚੋਣ ਸਮੇਂ 6 ਉਮੀਦਵਾਰ ਢੀਂਡਸਾ ਧੜਾ ਦਊਗਾ ਜੀ, 6 MLA ਦੀਆਂ ਟਿਕਟਾਂ, 6 MLA ਦੀਆਂ ਟਿਕਟਾਂ, 4 ਤੋਂ 5 ਜ਼ਿਲ੍ਹਾ ਪ੍ਰਧਾਨ ਤੇ 2 MP ਦੀਆਂ ਟਿਕਟਾਂ। ਇਹ ਸਮਝੌਤਾ ਕਰਕੇ ਕਹਿੰਦੇ ਢੀਂਡਸਿਆਂ ਨੂੰ ਲਿਆਏ ਸੀ, ਹੁਣ ਉਹਦੇ ਪਰ ਵਫਾ ਨਹੀਂ ਹੋਈ, ਇਸ ਲਈ ਢੀਂਡਸਾ ਪਰਿਵਾਰ ਕਹਿੰਦੇ ਜੀ ਠੱਗਿਆ ਹੋਇਆ ਕਰ ਸਵੇਰ ਨੂੰ ਮੀਟਿੰਗ ਬੁਲਾ। ਹੁਣ ਮੀਟਿੰਗ 'ਚ ਕਹਿੰਦੇ ਜੀ 3 ਫੈਸਲੇ ਲੈਣੇ। ਪਹਿਲਾ ਫੈਸਲਾ ਤਾਂ ਇਹ ਕਿ ਕੌੜਾ ਘੁੱਟ ਭਰ ਕੇ ਬੈਠੇ ਰਹੀਏ ਚੁੱਪ ਕਰਕੇ ਜੀ, ਕਿਉਂਕਿ ਕਹਿੰਦੇ ਬਾਪੂ ਤਾਂ ਪਹਿਲਾਂ ਹੀ ਤਰਲੋ ਮੱਛੀ ਹੁੰਦਾ ਸੀ, ਪਰ ਕਹਿੰਦੇ ਢੀਂਡਸਾ ਪਰਮਿੰਦਰ ਢੀਂਡਸਾ ਉਹਨੂੰ ਰੋਕ ਰਿਹਾ ਬਾਪੂ ਜੀ ਸ਼ਾਂਤ ਰਹਿ। ਤੇ ਦੂਜਾ ਫੈਸਲਾ ਇਹ ਲੈਣਾ ਕਿ ਕੀ ਭਾਜਪਾ ਕਿੰਨੀ ਜਾਣਾ ਜਾਂ ਨਹੀਂ ਜਾਣਾ, ਜਾਂ ਬਾਹਰੋਂ ਫਿਰ ਨਵੀਂ ਧਿਰ ਪੈਦਾ ਕਰਨੀ ਹੈ, ਕਿਹੜਾ ਰਾਜਨੀਤਿਕ ਰੂਪ ਤਿਆਰ ਕਰਨਾ ਜੀ। ਤੇ ਕਹਿੰਦੇ ਜੇ ਦੋਵਾਂ ਦੇ ਵਿੱਚੋਂ ਅੱਗੇ ਵਧਣਾ ਹੀ ਵਧਣਾ ਕੁਛ, ਤਾਂ ਫਿਰ ਤੀਜਾ ਫੈਸਲਾ ਇਹ ਕਰਨਾ ਕਿ ਕੀ ਸੰਗਰੂਰ ਤੋਂ ਮਤਲਬ ਕਿ ਨਾਮਜ਼ਦਗੀ ਭਰਨੀ ਹੈ ਕਿਸੇ ਦੀ, ਜਾਂ ਫਿਰ ਬਠਿੰਡਾ ਜਿਹਨਾਂ ਨੇ ਟਿਕਟ ਕਟਾਈ ਉਹਨਾਂ ਦੇ ਬਠਿੰਡਾ ਉਹਨਾਂ ਦੇ ਹਲਕੇ ਚੱਲੀਏ, ਹਰਸਿਮਰਤ ਦੇ ਸਾਹਮਣੇ ਕੋਈ ਚਿਹਰਾ ਮੋਹਰਾ ਤਾਰ ਦਈਏ ਜੀ, ਇੱਥੋਂ ਤੱਕ ਸਵੇਰ ਨੂੰ ਫੈਸਲਾ ਹੋਣਾ। ਤੇ ਪਰ ਅਜੇ ਤੱਕ ਤਾਂ ਬੀਬੀ ਹਰਸਿਮਰਤ ਦੀ ਟਿਕਟ ਨਹੀਂ ਆਈ, ਇਸ ਲਈ ਢੀਂਡਸਾ ਪਰਿਵਾਰ ਦੁਵਿਧਾ 'ਚ ਕਿ ਉੱਥੋਂ ਕੀ ਕਰੀਏ ਜੀ। ਪਰ ਸਵੇਰ ਨੂੰ ਇਸ ਮਸਲੇ 'ਤੇ ਸਪਸ਼ਟ ਹੋ ਜਾਣਾ ਕਿ ਕੀ ਇਹ ਸੰਗਰੂਰ 'ਚ ਹੀ ਚੋਣ ਲੜਨਗੇ ਜਾਂ ਚੁੱਪ ਰਹਿਣਗੇ ਜਾਂ ਸੰਗਰੂਰ ਦਾ ਬਦਲਾ ਲੈਣ ਬਠਿੰਡੇ 'ਚ। ਦੀਪਕ ਜੀ, ਗੱਲ ਕਰੀਏ ਹੁਣ ਚੰਡੀਗੜ੍ਹ ਦੇ ਵਿੱਚ ਜਿਹੜਾ ਕੈਨੇਡੀਅਨ ਐਮਬੈਸੀ ਦਾ ਦਫ਼ਤਰ ਹੈ, ਅਤੇ ਇਸ ਦਫ਼ਤਰ ਦੇ ਵਿੱਚ ਵੀ ਦੇਖੋ ਬਹੁਤ ਵੱਡੀ ਗਿਣਤੀ ਦੇ ਵਿੱਚ, ਖਾਸ ਤੌਰ 'ਤੇ ਪੰਜਾਬ, ਹਰਿਆਣਾ ਦੇ, ਹਿਮਾਚਲ ਦੇ ਜਿਹੜੇ ਕੋਈ ਐਪਲੀਕੈਂਟਸ ਹੋਇਆ ਕਰਦੇ ਸੀ,
ਚੰਡੀਗੜ੍ਹ ਦਾ ਦਫ਼ਤਰ ਬਹੁਤ ਵੱਡੀ ਸਹੂਲਤ ਸੀ ਉਹਨਾਂ ਲਈ। ਹੁਣ ਸਾਨੂੰ ਪਤਾ ਪਿਛਲੇ ਸਾਲ ਤੋਂ ਕੈਨੇਡਾ ਅਤੇ ਭਾਰਤ ਦੀ ਸਰਕਾਰ ਵਿਚਕਾਰ ਜੋ ਇਸ ਵੇਲੇ ਡਿਪਲੋਮੈਟਿਕ ਤਲਖੀ ਬਣੀ ਹੋਈ ਆ, ਉਹ ਤੋਂ ਬਾਅਦ ਕੈਨੇਡੀਅਨ ਕੌਂਸਲੇਟ ਦੇ ਵਿੱਚ ਜਿਹੜੇ ਸਟਾਫ ਦੀ ਗਿਣਤੀ ਸੀ ਉਹਦੇ ਵਿੱਚ ਕਟੌਤੀ ਕੀਤੀ ਗਈ ਸੀ। ਹੁਣ ਉਹਦੇ ਨਤੀਜੇ ਵਜੋਂ ਪਿਛਲੇ ਦਿਨਾਂ ਤੋਂ ਕੁਝ ਹੋਰ ਖ਼ਬਰਾਂ ਆਈਆਂ ਨੇ, ਸਟਾਫ ਹੋਰ ਘਟਾਇਆ ਗਿਆ ਅਤੇ ਹੁਣ ਚੰਡੀਗੜ੍ਹ ਦਾ ਦਫ਼ਤਰ ਬੰਦ ਕਰ ਦਿੱਤਾ ਗਿਆ ਜੀ। ਬਿਲਕੁਲ ਜੀ, ਦੇਖੋ ਜਦੋਂ ਭਾਰਤ ਔਰ ਕੈਨੇਡਾ ਦੇ ਵਿੱਚ ਤਣਾਅ ਵਾਲਾ ਮਾਹੌਲ ਬੜਿਆ ਸੀਗਾ ਜੀ, ਉਸ ਤਣਾਅ ਵਾਲੇ ਮਾਹੌਲ ਦੇ ਵਿੱਚ ਇਹਨਾਂ ਨੇ ਕਿਹਾ ਸੀਗਾ ਕਿ ਜਿੰਨੇ ਸਾਡੇ ਉੱਥੇ ਨੇ ਯੂਨੀ ਤੁਸੀਂ ਇੱਥੇ ਰੱਖੋ, ਹੈ ਨਾ। ਸੋ ਉਸ ਵਾਅਦੇ ਨਾਲ ਪੰਜਾਬ ਭਾਰਤ ਤੋਂ 41 ਕੁ ਅਧਿਕਾਰੀ ਸ਼ਿਫਟ ਕੀਤੇ ਗਏ ਸੀ ਜੀ। ਸੋ ਜਦੋਂ ਅਧਿਕਾਰੀ ਸ਼ਿਫਟ ਹੋਏ ਤਾਂ ਉਹਦਾ ਅਸਰ ਸਿੱਧਾ ਚੰਡੀਗੜ੍ਹ ਸਥਿਤ ਜਿਹੜਾ ਪੰਜਾਬ ਦੀ ਰਾਜਧਾਨੀ ਦੇ ਵਿੱਚ ਕੈਨੇਡਾ ਦਾ ਹਾਈ ਕਮਿਸ਼ਨ ਦਾ ਦਫ਼ਤਰ ਸੀਗਾ ਉਹਦੇ ਪਰ ਪਿਆ, ਅਤੇ ਇੱਥੇ ਨੂੰ ਆਰਜ਼ੀ ਤੌਰ 'ਤੇ ਬੰਦ ਕਰਨ ਦਾ ਹੁਕਮ ਆਇਆ। ਪਰ ਹੁਣ ਉਹ ਤੋਂ ਅਗਲੀ ਜਿਹੜਾ ਹਵਾਲਾ ਹੈ ਉਹ ਹਰਕਮਲ ਜੀ ਥੋੜ੍ਹੀ ਸੀਨੀਅਰ ਪੱਤਰਕਾਰ ਨੇ ਅਜੀਤ ਅਤੇ ਉਹਨਾਂ ਦੀ ਰਿਪੋਰਟ ਹੈ, ਅਜੀਤ ਦੀ ਰਿਪੋਰਟ ਦੇ ਹਵਾਲੇ ਨਾਲ ਮੈਂ ਗੱਲ ਕਰ ਰਿਹਾ। ਸੋ ਉਹਨਾਂ ਨੇ ਇਹ ਪੱਖ ਰੱਖਿਆ ਕਿ ਕਹਿੰਦੇ ਜੀ ਹੁਣ ਉਸ ਆਰਜ਼ੀ ਤੌਰ 'ਤੇ ਬੰਦ ਕੀਤੇ ਦਫ਼ਤਰ ਨੂੰ ਪਰਮਾਨੈਂਟ ਬੰਦ ਕੀਤਾ ਜਾ ਰਿਹਾ, ਕਿਉਂਕਿ ਇਸ ਮਸਲੇ ਦੇ ਉੱਤੇ ਨਾ ਕੇਂਦਰ ਸਰਕਾਰ ਨੇ ਕੈਨੇਡਾ ਤੱਕ ਕੋਈ ਰਾਬਤਾ ਬਣਾ ਕੇ ਗੱਲ ਕੋਸ਼ਿਸ਼ ਕੀਤੀ ਕਿ ਭਾਈ ਇਹ ਸਟੇਟ ਦੇ ਉੱਤੇ ਕਿੰਨਾ 4-5 ਸਟੇਟਾਂ 'ਤੇ ਅਸਰ ਪੈਣਾ, ਇਹਨੂੰ ਨਾ ਬੰਦ ਕਰੋ ਜੀ। ਅਤੇ ਨਾ ਹੀ ਪੰਜਾਬ ਸਰਕਾਰ ਨੇ ਦਿੱਲੀ ਤੱਕ ਕੋਸ਼ਿਸ਼ ਕੀਤੀ, ਵਿਦੇਸ਼ ਮੰਤਰਾਲੇ ਤੱਕ ਕੋਸ਼ਿਸ਼ ਕੀਤੀ, ਨਾ ਹੀ ਉੱਧਰ ਐਨ ਆਰ ਆਈਆਂ ਭਰਾਵਾਂ ਦੇ ਵਾਲੇ ਨਾਲ ਜਿਹੜੀਆਂ ਸਭਾਵਾਂ ਬਣੀਆਂ ਨੇ ਜਾਂ ਸੰਸਥਾ ਬਣੀਆਂ ਜਾਂ ਵਿਅਕਤੀ ਵਿਸ਼ੇਸ਼ ਨੇ ਜਿਨ੍ਹਾਂ ਦੀਆਂ ਕੋਸ਼ਿਸ਼ਾਂ ਨਾਲ ਖੁੱਲ੍ਹਿਆ ਸੀ। 1997 ਦੇ ਵਿੱਚ ਇਹ ਐਨ ਆਰ ਆਈ ਪੰਜਾਬੀ ਭਰਾਵਾਂ ਦੀ ਹਿੰਮਤ ਸਦਕਾ ਇਹ ਦਫ਼ਤਰ ਖੁੱਲ੍ਹਿਆ, ਸਰਕਾਰਾਂ ਦੀ ਹਿੰਮਤ ਸਦਕਾ ਨਹੀਂ ਖੁੱਲ੍ਹਿਆ ਜੀ। ਸੋ ਇਸ ਲਈ ਕਹਿੰਦੇ ਕਿ 27 ਸਾਲ ਤੋਂ ਬਾਅਦ ਇਹ ਸੰਭਾਲਣ 'ਚ ਵੀ ਕਾਮਯਾਬ ਨਹੀਂ ਹੋ ਰਹੇ। ਪਤਾ ਕੀ ਲੱਗ ਰਿਹਾ ਕਿ ਪਤਾ ਇਹ ਲੱਗ ਰਿਹਾ ਕਿ ਬਕਾਇਦਾ ਤੌਰ 'ਤੇ ਉੱਥੇ ਜਿਹੜੇ ਸਟਾਫ ਦੀ ਕਟੌਤੀ ਕੀਤੀ ਸੀ, ਹੁਣ ਉਹ ਬਚੇ ਕੁਚੇ ਸਟਾਫ ਨੂੰ ਵੀ ਕਹਿ ਤਾ ਕਿ ਭਾਈ ਤੁਹਾਡੀ ਛੁੱਟੀ ਹੈ, ਤੁਸੀਂ ਆਪਣਾ 10 ਮਈ ਤੋਂ ਬਾਅਦ ਆਪਣਾ ਪ੍ਰਬੰਧ ਕਰ। ਸੋ ਇਸ ਹਵਾਲੇ ਨਾਲ ਕਿ ਉਹਨਾਂ ਨੂੰ ਸਪਸ਼ਟ ਰੂਪ 'ਚ ਕਹਿਤਾ ਕਿ 10 ਮਈ ਤੋਂ ਬਾਅਦ ਤੁਹਾਡੀਆਂ ਸੇਵਾਵਾਂ ਖਤਮ ਨੇ। ਉਹ ਤੋਂ ਬਿਨਾਂ ਜਿਹੜਾ ਸਟਾਫ ਅਮਲਾ ਪਹਿਲਾਂ ਅਧਿਕਾਰੀਆਂ ਨੇ ਰਹਿਣ ਦੇ ਪ੍ਰਬੰਧ ਕੀਤੇ ਸੀ, ਕੋਠੀਆਂ ਸੀ, ਸਾਰਾ ਕੁਛ ਸੀ, ਉੱਥੇ ਵੀ ਉਹਨਾਂ ਨੇ ਆਪਣੇ ਮਕਾਨ ਮਾਲਕਾਂ ਲਈ ਸੁਨੇਹਾ ਪਹੁੰਚਦਾ ਕਰਤਾ ਕਿ ਇੰਨੀ ਤਰੀਕ ਨੂੰ ਅਸੀਂ ਖਾਲੀ ਕਰ। ਸੋ ਇਹ ਸਾਰੀ ਚੀਜ਼ ਨੇ ਸਪਸ਼ਟ ਕਰਤਾ ਕਿ ਹੁਣ ਇਹ ਬੰਦ ਹੋਣਾ। ਮਤਲਬ ਤੁਸੀਂ ਇਹ ਦੇਖੋ ਕਿ ਪਿਛਲੇ ਸਾਲ ਦੇ ਵਿੱਚ ਭਾਰਤ ਤੋਂ 7 ਲੱਖ ਦੇ ਕਰੀਬ ਲੋਕ ਜੀ ਬਿਲਕੁਲ ਤੇ ਉਹ 7 ਲੱਖ ਦੇ ਵਿੱਚੋਂ 70-75% ਕੱਲੇ ਪੰਜਾਬੀ ਭਾਈਚਾਰਾ ਜੀ, ਤੇ 2 ਲੱਖ ਤੋਂ ਵੱਧ ਉਹਦੇ ਵਿੱਚ ਵਿਦਿਆਰਥੀ ਰਹੇ ਸਾਡੇ। ਤੇ ਪਰ ਇਹਦਾ ਹਵਾਲਾ ਜਿੱਥੋਂ ਤੱਕ ਆਪਾਂ ਇਸ ਚੰਡੀਗੜ੍ਹ ਦੇ ਦਫ਼ਤਰ ਦੀ ਗੱਲ ਕਰ ਰਹੇ ਹਾਂ ਕੈਨੇਡਾ ਦੇ ਹਾਈ ਕਮਿਸ਼ਨ ਦੀ, ਇਹ ਪੰਜਾਬ ਨੂੰ ਤਾਂ ਰੀਪ੍ਰਜੈਂਟ ਕਰਦਾ ਹੀ ਕਰਦਾ, ਜਿਨ੍ਹਾਂ ਨੇ ਕੈਨੇਡਾ ਜਾਣਾ ਜਾਣਾ ਉਹਨਾਂ ਨੂੰ ਤਾਂ ਕਰਦਾ ਹੀ ਕਰਦਾ, ਜਿਹੜੇ ਛਮਾਹੀ ਤਮਾਹੀ ਆਉਂਦੇ ਜਾਂਦੇ ਨੇ ਉਹਨਾਂ ਦੇ ਵੀਜ਼ਿਆਂ ਲਈ ਵੀ ਕਿੰਨੀ ਭੂਮ ਕਰਮ ਆਉਂਦਾ। ਬਿਲਕੁਲ ਹਾਂਜੀ, ਮਾਪੇ ਜਾ ਰਹੇ ਨੇ, ਟੂਰਿਸਟ ਵਾਲੇ ਜਾ ਰਹੇ ਨੇ, ਵਪਾਰਕ ਤੌਰ 'ਤੇ ਆ ਜਾ ਰਹੇ ਨੇ, ਸੋ ਸਾਰੇ ਕਾਰਨ। ਉਹ ਤੋਂ ਬਿਨਾਂ ਇਹ ਜੰਮੂ ਕਸ਼ਮੀਰ ਲਈ ਵੀ ਜੀ ਹਾਂ, ਇਹ ਹਿਮਾਚਲ ਲਈ ਵੀ ਹੈ ਨਾ, ਤੇ ਉਹ ਤੋਂ ਬਾਅਦ ਹਰਿਆਣੇ ਦੀ ਆ ਸਾਰੀ ਕੁਰੂਕਸ਼ੇਤਰ ਤੋਂ ਇੱਧਰ ਵਾਲੀ ਬੈਲਟ ਸਾਰੀ, ਕਰਨਾਲ ਤੋਂ ਇੱਧਰ ਵਾਲੀ ਬੈਲਟ ਸਾਰੀ, ਬਿਲਕੁਲ ਹਾਂਜੀ ਜੀ। ਸੋ ਇਹ ਪਟਿਆਲੇ ਤੋਂ ਗਾਂਹ ਵਾਲਾ ਖੇਤਰ ਜਿਹੜਾ ਉਹ ਡਾਪਾਲੀ ਵਾਲਾ ਖੇਤਰ ਲੱਗਦਾ ਉੱਥੋਂ ਤੱਕ ਲਈ ਵੀ, ਸੋ ਸਾਰਿਆਂ ਲਈ ਇਹ ਸਹਾਈ ਹੋ ਰਿਹਾ ਸੀਗਾ। ਸੋ ਤੁਸੀਂ 4-5 ਸਟੇਟਾਂ ਨੂੰ ਮਤਲਬ ਕਿ ਅਣਗੋਲਿਆ ਕਰ ਰਹੇ ਹੋ, ਤੇ ਇਹਦੇ ਵਿੱਚ ਮੈਂ ਪੰਜਾਬ ਦੀ ਮੌਜੂਦਾ ਸਰਕਾਰ ਜੀ, ਪੰਜਾਬ ਦੀਆਂ ਰਾਜਨੀਤਿਕ ਧਿਰਾਂ, ਇੱਥੋਂ ਦੀਆਂ ਐਨ ਆਰ ਆਈ ਸਭਾਵਾਂ, ਤੇ ਭਾਰਤ ਸਰਕਾਰ ਤਾਂ ਹੈ ਹੀ ਹੈ, ਉਹਨਾਂ ਦੇ ਉੱਤੇ ਇਸ ਵਾਲੀ ਨਿਸ਼ਾਨਾ ਕਿ ਉਹ ਇਸ ਮਸਲੇ ਤੇ ਪੈਰਕਰਮੀ, ਮਤਲਬ ਚੋਣਾਂ ਹੀ ਮਤਲਬ ਲੜਨਾ ਹੁੰਦਾ, ਲੋਕ ਮੁੱਦਿਆਂ ਦੇ ਉੱਤੇ ਧਿਆਨ ਦੇਣਾ ਕੋਈ ਮਸਲਾ ਨਹੀਂ। ਔਰ ਆਮ ਆਦਮੀ ਪਾਰਟੀ ਦਾ ਐਨ ਆਰ ਆਈ ਸਿਰ 'ਤੇ ਸੀ, ਉਹਨਾਂ ਲਈ ਤਾਂ ਢੋਲ ਵਜਾਏ ਸੀ, ਵਿਚਾਰੇ ਬੱਸਾਂ ਭਰ ਕੇ ਲਿਆਏ ਸੀ, ਜਾ ਚੜ ਚੜਾਏ ਸੀ ਜੀ। ਅੱਜ ਤੁਸੀਂ ਉਹਨਾਂ ਦੇ ਮਾਪਿਆਂ ਲਈ, ਭੈਣ ਭਰਾਵਾਂ ਬੱਚਿਆਂ ਲਈ ਇਹ ਦਫ਼ਤਰ ਬੰਦ ਹੋ ਰਿਹਾ, ਦਿੱਲੀ ਧੱਕੇ ਖਾਣੇ ਪੈਣੇ ਆ ਜੀ, ਇੱਕ ਗੇੜੇ 'ਚ ਕੰਮ ਨਹੀਂ ਹੁੰਦਾ ਸਭ ਆਪਾਂ ਸਾਰਿਆਂ ਨੂੰ ਪਤਾ ਜੀ, ਦਿੱਲੀ ਜਾਣਾ ਮਤਲਬ ਐਂ ਆ ਜਿਵੇਂ ਕੈਨੇਡਾ ਦੀ ਟਿਕਟ ਲੈਣੀ। ਜਿਹੜੀ ਕੌਂਸਲੇਟ ਦੀ ਪ੍ਰੈਜੈਂਸ ਹੈਗੀ ਆ ਜੀ ਕਿਸੇ ਵੀ ਮੁਲਕ ਦੇ, ਉਹ ਜਿਹੜੇ
ਲੋਕਾਂ ਦਾ ਲੋਕਾਂ ਨਾਲ ਕਨੈਕਸ਼ਨ ਹੁੰਦਾ ਨਾ, ਪੀਪਲ ਟੂ ਪੀਪਲ ਕਨੈਕਸ਼ਨ। ਦਫ਼ਤਰ ਭਾਵੇਂ ਸਰਕਾਰੀ ਆ ਪਰ ਪੀਪਲ ਟੂ ਪੀਪਲ ਕਨੈਕਸ਼ਨ ਵਾਸਤੇ ਇਹ ਬਹੁਤ ਇੰਪੋਰਟੈਂਟ ਕੋਰੀਡੋਰ ਹੋਇਆ ਕਰਦਾ, ਇੱਕ ਬਹੁਤ ਇੰਪੋਰਟੈਂਟ ਐਸਟੈਬਲਿਸ਼ਮੈਂਟ ਹੋਇਆ ਕਰਦੀ ਆ। ਅਤੇ 27 ਸਾਲਾਂ ਮਗਰੋਂ ਇਹਦਾ ਬੰਦ ਹੋਣਾ, ਇਹਦਾ ਅਸਰ ਤਾਂ ਜ਼ਰੂਰ ਮਹਿਸੂਸ ਹੋਏਗਾ ਜੀ। ਨਹੀਂ, ਜਿਹੜੀ ਚੀਜ਼ 'ਚ ਅਗਾਂਹ ਵਧਣਾ ਚਾਹੀਦਾ, ਤੁਸੀਂ ਉਹਦੇ ਵਿੱਚ ਪਿਛਾਂਹ ਨੂੰ ਆ ਰਹੇ ਹੋ। ਬਿਲਕੁਲ ਸਹੀ ਗੱਲ। ਮਤਲਬ ਤੁਸੀਂ ਇਹ ਕਹਿੰਦੇ ਕਿ ਜੀ ਸਾਨੂੰ ਜਲੰਧਰ 'ਚ ਵੀ ਲੋੜ ਹੈ, ਜੀ ਹੈ ਨਾ, ਕਿ ਜੀ ਹਾਂ ਜੀ, ਮਤਲਬ ਕਿ ਉੱਥੇ ਵਾਲੇ ਨੂੰ ਇੱਧਰ ਆਉਣਾ ਪਵੇ ਜੀ, ਜੰਮੂ ਕਸ਼ਮੀਰ ਅਤੇ ਹਿਮਾਚਲ ਵਾਲੇ ਕੁਝ ਲੋਕ ਉੱਥੇ ਹੀ ਆ ਜਾਣ ਜੀ, ਜੀ ਵਧਣਾ ਸੀ ਕਿ ਘਟਣਾ ਸੀ, ਪਰ ਸਰਕਾਰ ਅਜੇ ਤੱਕ ਇਸ ਮਸਲੇ 'ਤੇ ਚੁੱਪ ਹੈ ਜੀ। ਸਵਾਲ ਹੀ